ਅੱਗੇ ਤਾਂ ਨਾਲੇ ਮੇਰੀ ਗੱਲ ਸੁਣ, ਲੜੀ ਪੀੜੀ ਜੇ ਜਾਂਦੀਆਂ ਉਹ ਸਾਰਾ ਦਿਨ ਉਹਦੇ ਨਾਲ ਡਹੀ ਜਾਂਦੀ ਬੂਟੇ ਨਾਲ, ਉਹਦਾ ਵਿਚਾਰਾ ਸਰੀਰ ਸੀ ਤੇ ਉਹਦੀ ਪੂਛ ਪੂਛ ਕਰਦੀ ਫਿਰਦੀ ਇਹੋ ਜਿਹਾ ਪਤਾ ਨੀ ਕੀ ਕਰਤਾ ਉਹਨੇ। ਨਹੀਂ ਭੈਣੇ, ਵਿਚਲੀਆਂ ਗੱਲਾਂ ਕਿਸੇ ਨੂੰ ਨੀ ਪਤਾ ਹੁੰਦੀਆਂ, ਨਾਲੇ ਇਹ ਕਿਹੜਾ ਨਿਆਣੀਆਂ ਨੇ ਵੀ ਅਗਲੇ ਨੇ ਕੁਛ ਘੋਲ ਕੇ ਪਾਤਾ, ਏਡੀਆਂ ਹੈਗੀਆਂ ਨੇ ਏਡੀ ਉਮਰ ਦੀਆਂ ਨੇ, ਸਾਰਾ ਆਪਦੀ ਮਰਜ਼ੀ ਨਾਲ ਕਰਦੀਆਂ ਨੇ। ਉਹ ਚੱਲ ਬਾਈ ਕੋਈ ਨੀ, ਇਹ ਤਾਂ ਹੁਣ ਰੱਬ ਹੀ ਜਾਣੇ ਵੀ ਉਹਨੇ ਖੰਭੇ ਨਾਲ ਟੱਕਰਾਂ ਕਿਉਂ ਮਾਰੀਆਂ ਨੇ। ਤੂੰ ਐਂ ਕਰ, ਉਹਨਾਂ ਨੂੰ ਤਿਆਰ ਕਰ, ਮੈਂ ਰਾਜ ਨੂੰ ਗੱਡੀ ਲੈ ਕੇ ਭੇਜਦਾ, ਇਹਨੂੰ ਦਿਖਾਇਓ ਉੱਥੇ ਪਟਿਆਲੇ। ਬੇ ਪੁੱਤ ਬੋਲ ਕੇ ਦੱਸ ਦੇ, ਪੁੱਤ ਤੇਰੇ ਸੱਟ ਕਿਵੇਂ ਲੱਗੀ ਹੈ, ਇਹਨਾਂ ਨੂੰ ਕਰਾ ਦੇ ਤਸੱਲੀ, ਇਹਨਾਂ ਦੇ ਜਿਹੜੀ ਸੱਟ ਦਾ ਮਖੌਲ ਬਣਾ ਰੱਖਿਆ, ਕਹਿੰਦੇ ਪਾਇਪ ਨਾਲ ਸਿਰ ਮਾਰ ਕੇ ਫੇਰੇ ਨਹੀਂ ਆਪਦੇ ਸਿਰ 'ਚ ਸੱਟ ਖਾਧੀ ਹੈ, ਇਹਨਾਂ ਨੂੰ ਹਾਲੇ ਤੇਰੇ 'ਤੇ ਯਕੀਨ ਨਹੀਂ ਆਉਂਦਾ, ਯਕੀਨ ਕਰਾ ਦੇ ਪੁੱਤ, ਦੱਸ ਦੇ ਇਹਨਾਂ ਨੇ ਤੇਰੀ ਸੱਟ ਦਾ ਮਖੌਲ ਬਣਾ ਰੱਖਿਆ। ਬੀਬੀ ਡਾਕਟਰ ਨੇ ਕਿਹਾ ਬਾਲਾ ਨਹੀਂ ਬੋਲਣਾ, ਜੇ ਬਾਲਾ ਬੋਲੂੰਗਾ ਨਾ ਅੱਖਾਂ ਦੀ ਨਿਗਾਹ ਵੀ ਜਾ ਸਕਦੀ ਹੈ, ਕੋਈ ਨਾ ਫਿਰ ਦੱਸ ਦੂੰ ਠੀਕ ਹੋ ਲੈਣ ਦੇ ਮੈਨੂੰ। ਉਹ ਹੋਇਆ ਕੀ ਹੈ ਇਹਨੂੰ, ਉਹੀ ਮਰੀ ਗਿਆ ਹੋਊ ਉੱਥੇ ਪਾਇਪ ਨਾਲ ਸਿਰ। ਕੀ ਗੱਲ, ਤੂੰ ਮਾਰ ਕੇ ਦੇਖ ਪਾਇਪ ਨਾਲ ਸਿਰ, ਤੈਨੂੰ ਕਿੰਨਾ ਕੁ ਦੁੱਖ ਲੱਗੂਗਾ, ਤੇਰੇ ਕਿੰਨਾ ਕੁ ਪਾੜ ਖੁੱਲੂਗਾ। ਇਹ ਤਾਂ ਮੈਨੂੰ ਵੀ ਪਤਾ ਵੀ ਦੁੱਖ ਲੱਗਦਾ ਹੁੰਦਾ ਹੈ, ਪਰ ਇਹ ਅਮਲੀ ਨੇ ਖਬਰਾਂ ਸੁੱਖਾ ਪੀ ਲਿਆ ਹੋਊ, ਉੱਥੇ ਚੜ ਗਿਆ ਹੋਊ ਸਿਰ ਨੂੰ, ਉੱਥੇ ਮਰੀ ਗਿਆ ਸਿਰ। ਖਬਰਦਾਰ ਰਹੀ ਅਮਲੀ, ਅਮਲੀ ਸਰ ਦਿਨ ਕਰਦਾ, ਕਿਉਂ ਕੀ ਗੱਲ, ਤੂੰ ਇਹਨੂੰ ਮਰ ਕੇ ਦੇ ਕੇ ਆਉਣਾ, ਸ਼ਰਮ ਨਹੀਂ ਹੋਈ ਤੈਨੂੰ, ਸਰਾਣੇ ਬੈਠੇ ਤੂੰ ਕੀ ਗੱਲਾਂ ਕਰਦਾ ਇਹਦੇ। ਬਾਈ ਇੱਥੇ ਲੜੀ ਜਾਓਗੇ, ਅੱਜ ਆਪਾਂ ਉੱਧਰ ਬਾਹਰ ਬਹਿਨੇ ਆ, ਖੜਾ ਹੋ। ਜਾਣਾ ਹੀ ਪਊਗਾ, ਪੁੱਠੀਆਂ ਗੱਲਾਂ ਕਰਦਾ ਹਰ ਟਾਈਮ, ਦੁੱਖ ਸੁੱਖ ਦਾ ਕੀ ਕਰਨਾ, ਹੋਰ ਇਹ ਕਿਸੇ ਨੇ ਕਹਿ ਕੇ ਫਾਨੇ ਲਈ ਜਾਊਗਾ। ਬੇ ਪੁੱਤ ਦੱਸ ਦੇ ਤੇਰੇ ਨਾਲ ਕੀ ਬਣੀ ਹੈ, ਮੈਨੂੰ ਵੀ ਪਤਾ ਲੱਗ ਜੇ, ਬੋਲ ਪਾ ਪੁੱਤ ਕੁਛ ਮੂੰਹੋਂ, ਦੱਸ ਮੈਨੂੰ। ਸਹੀ ਗੱਲ ਹੈ ਕਰਮੇ, ਗੱਲਾਂ ਤਾਂ ਤੂੰ ਕਰੀ ਜਾਂਦਾ, ਹੁਣ ਦੱਸ ਤਾਂ ਦੇ ਤੂੰ ਪਾਇਪ ਨਾਲ ਟੱਕਰਾਂ ਕਿਉਂ ਮਾਰਦਾ ਸੀਗਾ, ਨਾਲੇ ਤਾਂ ਬੀਬੀ ਭਾਪਾ ਲੜੀ ਜਾਂਦੇ ਨੇਗੇ। ਮੇਰੀ ਨਾ ਕਿਸਮਤੀ ਮਾੜੀ ਆ ਬੀਬੀ। ਲੈ ਪੁੱਤ ਤੇਰੀ ਕਿਸਮਤ ਕਿਉਂ ਮਾੜੀ ਹੈ, ਤੇਰੇ ਨਾਲ ਪਹਿਲਾਂ ਤਾਂ ਕਿਸਮਤ ਮੇਰੀ ਮਾੜੀ ਤੀ, ਹੈਂ ਜਿਹੜਾ ਤੈਨੂੰ ਸਰੀਕਾ 'ਚ ਲਿਆ ਕੇ ਮੈਂ ਭੱਠੀ 'ਚ ਝੋਕਿਆ, ਦੱਸ ਦੱਸ ਮੈਨੂੰ। ਅਸੀਂ ਹੁਣ ਤੈਨੂੰ ਕੱਲ੍ਹ ਦੇ ਐਂ ਪੁੱਛੀ ਜਾਂਦੇ ਹਾਂ ਵੀ ਕੀ ਗੱਲ ਹੋ ਗਈ, ਕੀ ਗੱਲ ਹੋ ਗਈ, ਕਿਉਂ ਟੱਕਰਾਂ ਮਾਰਦਾ ਸੀ, ਇਹੋ ਜਿਹਾ ਕੀ ਹੋ ਗਿਆ ਸੀ। ਬੇ ਪੁੱਤ ਮੈਨੂੰ ਕੋਈ ਗੱਲ ਵੀ ਦੱਸੇਗਾ ਕੋ ਰੋਈ ਜਾਏਗਾ, ਮੈਂ ਤਾਂ ਪਹਿਲੇ ਹੀ ਮਰੀ ਪੀਆਂਗਾ, ਉਦੋਂ ਮੈਨੂੰ ਮਰੀ ਨੂੰ ਮਾਰਦਾ ਹੈ। ਬੀਬੀ ਮੈਂ ਤੇਰੇ ਨਾਲ ਵਾਲਾ ਕਰਕੇ ਇੱਥੇ ਆਇਆ ਸੀ ਵੀ ਮੈਂ ਤੈਨੂੰ ਭੂਆ ਦੀ ਮਾਂ ਕਿਆ ਕਰੂੰ, ਪਰ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਆਈ, ਮੈਂ ਕੁਝ ਨਹੀਂ ਬੋਲ ਸਕਦਾ। ਬੇ ਪੁੱਤ ਮੇਰੀ ਗੱਲ ਸੁਣ ਲੈ, ਇੱਕ ਬੋਲ ਕੇ ਤਾਂ ਤੈਨੂੰ ਦੱਸਣਾ ਹੀ ਪਊਗਾ ਵੀ ਤੇਰੇ ਨਾਲ ਕੀ ਬਣੀ ਹੈ, ਉਹਨਾਂ ਚਿਰ ਮੇਰੇ ਕਾਲਜੇ ਨੂੰ ਠੰਡ ਨਹੀਂ ਪੈਂਦੀ, ਮੈਨੂੰ ਸ਼ਾਂਤੀ ਨਹੀਂ ਆਉਂਦੀ ਜਿਹਨਾਂ ਚਿਰ ਤੂੰ ਦੱਸਦਾ ਨਹੀਂ। ਮੈਂ ਆਪਦੇ ਮਾਂ ਪਿਓ ਦੇ ਸਾਹਮਣੇ ਗੱਲ ਕਰੂੰ, ਉਹਨਾਂ ਨੂੰ ਬੁਲਾਓ ਪਹਿਲਾਂ। ਬੇ ਪੁੱਤ ਤੇਰਾ ਮਾਂ ਪਿਓ ਤਾਂ ਹਜ਼ੂਰ ਸਾਹਿਬ ਗਏ ਹੋਏ ਨੇ ਨਾ, ਹੁਣ ਉਹਨਾਂ ਦਾ ਫੋਨ ਆਇਆ ਸੀ ਵੀ ਕਰਮੇ ਨਾਲ ਗੱਲ ਕਰਾ ਦਿਓ, ਮੈਂ ਕਹਿਤਾ ਮੈਂ ਖੇਤ ਗਿਆ ਹੋਇਆ, ਕੋਈ ਨਹੀਂ ਜਦੋਂ ਆ ਗਏ ਹੋ ਮੈਂ ਉਹਦੀ ਗੱਲ ਕਰਵਾ ਦੂੰ ਤੈਨੂੰ, ਨਾਲੇ ਮਿਲਿਆ ਦੂੰਗੀ ਉਹਨਾਂ ਨੂੰ। ਮੈਂ ਇੱਥੇ ਨਹੀਂ ਰਹਿੰਦਾ, ਬਸ ਮੈਨੂੰ ਮਾਫ ਕਰ ਦਿਓ, ਮੈਂ ਨਹੀਂ ਰਹਿੰਦਾ ਇੱਥੇ। ਦੱਸ ਹੈ ਕਿਉਂ ਕਰਦਾ, ਆਹ ਤੇਰੀ ਮਾਂ ਨਹੀਂ ਹੈਗੀ, ਕੀ ਗੱਲ ਹੈ, ਤੂੰ ਦੱਸ ਦੇ ਨਾ ਬੀਬੀ ਨੂੰ। ਕੋਈ ਤਾਂ ਗੱਲ ਹੋਣੀ, ਕੋਈ ਤਾਂ ਮੂੰਹ ਫੁੱਟ ਜਾ। ਮੇਰੀ ਕਿਸਮਤ ਫੁੱਟ ਗਈ ਜਿਹੜਾ ਮੈਂ ਇੱਥੇ ਆ ਗਿਆ, ਮੈਨੂੰ ਕੀ ਪਤਾ ਸੀ ਵੀ ਮੇਰੇ ਨਾਲ ਆਹ ਕੁਝ ਆਹ ਗੱਲਾਂ ਵਾਪਰਨਗੀਆਂ। ਬੇ ਓਹੋ ਕਰਮੇ ਕਿਉਂ ਰੋਈ ਜਾਂਦਾ, ਜੇ ਤੂੰ ਪੁੱਛਣਾ ਚਾਹੁੰਦੀ ਹੈ ਨਾ
ਆਪਦੇ ਦਿਲ ਤੇ ਹੱਥ ਰੱਖ ਕੇ ਪੁੱਛ ਪੂਗਾ ਮੈਂ ਇਸ ਘਰ ਲਈ ਕੀ ਨਹੀਂ ਕਰਿਆ, ਨਾਲੇ ਮੈਂ ਤਾਂ ਇਸ ਘਰ ਦਾ ਫਾਇਦਾ ਹੀ ਸੋਚਦਾ, ਮੈਂ ਕਿਹੜਾ ਕੋਈ ਮਾੜੀ ਗੱਲ ਸੋਚਦਾ। ਫਿਰ ਮਾਂ ਤੈਨੂੰ ਕਦੋਂ ਕਹਿੰਦੀ ਹੈ ਵੀ ਤੂੰ ਮਾੜਾ ਸੋਚਦਾ, ਨਾਲ ਜਿਹੜੀ ਗੱਲ ਹੈ ਉਹ ਕਿਉਂ ਨਹੀਂ ਦੱਸਦਾ ਹੈਗਾ, ਉਹੀ ਰੋਈ ਜਾਂਦਾ ਬਿਨਾਂ ਗੱਲ ਤੋਂ, ਤੇਰੇ ਨਾਲ ਮਾਂ ਨਹੀਂ ਖੜਦੀ ਤਾਂ ਤਾਂ ਤੂੰ ਕਹਿ। ਮੈਨੂੰ ਡਰ ਲੱਗਦਾ ਵੀ ਮੈਂ ਤਾਂ ਮਰੂੰ ਮਰੂੰ, ਨਾਲ ਤੁਹਾਨੂੰ ਵੀ ਨਾ ਕੋਈ ਨੁਕਸਾਨ ਹੋ ਜਾਏ, ਮੈਂ ਆਹ ਗੱਲੋਂ ਡਰਦਾ ਤਾਂ ਨਹੀਂ ਕੁਝ ਬੋਲਦਾ। ਮੈਨੂੰ ਐਂ ਦੱਸ ਵੀ ਤੈਨੂੰ ਮੇਰੇ ਹੁੰਦੇ ਕਾਹਦਾ ਡਰ ਹੈ, ਜਦ ਮੈਂ ਤੇਰੇ ਬਰਾਬਰ ਖੜੀ ਹਾਂ, ਹੈ ਤੈਨੂੰ ਤੱਤੀ ਹਵਾ ਨਹੀਂ ਲੱਗਣ ਦਿੰਦੀ, ਮੈਨੂੰ ਗੱਲ ਦੱਸ ਦੇ ਵਿੱਚੋਂ ਕੀ ਹੈ। ਤੱਤੀ ਹਵਾ ਦਾ ਆਹ ਦੇਖ ਲਾ ਫੱਫੜ ਕਿਵੇਂ ਮੈਨੂੰ ਬੋਲਦਾ ਸੀ, ਅੱਗੇ ਅਮਲੀ ਆ, ਕਿੱਦੇ ਮੈਨੂੰ ਇਹਨਾਂ ਨੇ ਅਮਲ ਲਿਆ ਕੇ ਦਿੱਤਾ, ਕਦੇ ਇਹਨਾਂ ਨੇ ਮੈਨੂੰ ਸੁੱਖਾ ਕਮਾਇਆ, ਕਿਹੋ ਜਿਹੀਆਂ ਗੱਲਾਂ ਕਰਦਾ ਜਦੋਂ ਮੇਰੇ 'ਤੇ ਵਿਸ਼ਵਾਸ ਹੀ ਨਹੀਂ ਕਿਸੇ ਨੂੰ, ਫਿਰ ਮੈਂ ਦੱਸ ਕੇ ਵੀ ਕੀ ਕਰੂੰ ਤੁਹਾਡੇ ਕੋਲ। ਮੇ ਪੁੱਤ ਤੇਰੇ ਫੁੱਫੜ ਨੂੰ ਤਾਂ ਵਿਸ਼ਵਾਸ ਹੈ ਨਹੀਂ, ਉਹ ਤਾਂ ਪਹਿਲੇ ਦਿਨੋਂ ਤੇਰੇ ਨਾਲ ਦਰਿਆ ਤਾਂ ਰੱਖਦਾ ਹੈ, ਮੈਂ ਤਾਂ ਨਹੀਂ ਰੱਖਦੀ, ਮੈਂ ਤਾਂ ਤੇਰੀ ਭੂਆ ਆਪਣਾ ਦਾ ਇੱਕ ਖੂਨ ਹੈ, ਜੇ ਤੂੰ ਮੈਨੂੰ ਨਹੀਂ ਦੱਸੇਗਾ ਤਾਂ ਫਿਰ ਦੱਸੇਗਾ ਕਿਹਨੂੰ। ਸਹੀ ਗੱਲ ਹੈ ਕਰਮੇ, ਕਿਉਂ ਇੰਨੇ ਤਰਲੇ ਕਢਾਈ ਉਹਨੇ, ਦੱਸ ਦੇ ਨਾ ਕੀ ਗੱਲ ਹੋ ਗਈ, ਸਾਨੂੰ ਵੀ ਚਿੰਤਾ ਲੱਗੀ ਪਈ ਹੈ। ਲੈ ਫਿਰ ਆਪਦੇ ਦਿਲ ਤੇ ਹੱਥ ਰੱਖ ਕੇ ਸੁਣਿਓ, ਦੱਸਦਾ ਮੈਂ ਮੇਰੇ ਨਾਲ ਕੀ ਗੱਲ ਵਾਪਰੀ ਆ। ਮੈਂ ਨਾ ਕੱਲ ਖੇਤ ਵਗ ਗਿਆ, ਆਪਣੇ ਕੋਠੇ ਕੋਲੇ ਬੈਠਾ ਸੀ ਮੈਂ ਤਾਂ, ਮਗਰ ਦੀ ਆਏ ਦੋਨੇ ਭਾਈ, ਮੈਨੂੰ ਇਸ ਗੱਲ ਦਾ ਪਤਾ ਵੀ ਹੁਣ ਯਕੀਨ ਨਹੀਂ ਮੰਨਣਾ ਤੁਸੀਂ ਮੇਰਾ, ਤੁਸੀਂ ਕਹੋਗੇ ਆਪਦੇ ਕੋਲੋਂ ਗੱਲਾਂ ਲਾ ਕੇ ਕਹਿਦਾ ਕਰਮਾ, ਤੇ ਜਦੋਂ ਮੈਂ ਉੱਥੇ ਬੈਠਾ ਸੀ ਨਾ, ਇੱਕ ਨੇ ਮੇਰੀਆਂ ਬਾਹਾਂ ਫੜ ਲਈਆਂ, ਮਗਰ ਰੱਸੇ ਨਾਲ ਬੰਨ ਲਈਆਂ, ਦੂਜੇ ਨੇ ਮੇਰੀ ਧੌਣ ਦੇ ਮਗਰ ਇੱਥੇ ਹੱਥ ਪਾ ਕੇ ਨਾ ਪਟਾਕ ਪਟਾਕ ਕਰਕੇ ਮਾਰਿਆ ਉਹਨਾਂ ਨੇ ਮੈਨੂੰ ਪਾਇਪ ਦੇ ਨਾਲ, ਆਹ ਜਿਹੜੇ 5-4 ਟਾਂਕੇ ਲੱਗਿਆ ਨਾ, ਇਹ ਫੁੱਫੜ ਦੇ ਭਤੀਜਿਆਂ ਦੀ ਕਰਾਮਾਤ ਹੈ ਭੂਆ, ਉਹਨਾਂ ਨੇ ਮੇਰਾ ਸਿਰ ਪਾੜਨ ਦੀ ਕੋਸ਼ਿਸ਼ ਕਰੀ, ਤੇ ਜਦੋਂ ਮੈਨੂੰ ਲੈ ਕੇ ਆਏ ਨਾ ਮੋਟਰਸਾਈਕਲ ਤੇ ਬਿਠਾ ਕੇ, ਉਦੋਂ ਪਹਿਲਾਂ ਮੇਰੇ ਮੂੰਹ 'ਚ ਉਹਨਾਂ ਨੇ ਕੋਈ ਚੀਜ਼ ਪਾਈ, ਜਿਹਦੇ ਨਾਲ ਉਦੋਂ ਬਾਅਦ ਵੀ ਮੈਨੂੰ ਪਤਾ ਲੱਗਿਆ ਵੀ ਕੀ ਹੋ ਗਿਆ ਕੀ ਨਾ। ਬੋ ਮੈਂ ਮੱਚ ਜਾਂ, ਬੇੜੀ ਬੈਠੀ ਵਾਲਿਓ ਬਹਿ ਜਾ ਤੁਹਾਡਾ ਬੇੜਾ, ਮੈਂ ਤਾਂ ਕਹਿੰਦੀ ਹਾਂ ਰੱਬ ਕਰਕੇ ਆ ਮਾਰੀ ਜੜ ਵਾਲਿਓ, ਦੇਖ ਲਓ ਕੀ ਤੁਸੀਂ ਨੇ ਚੰਦ ਚੜਾਤਾ ਮੇਰੇ ਭਤੀਜੇ ਦਾ, ਹੈਂ ਕੋਈ ਗੱਲ ਨਹੀਂ ਲਊਂਗੀ ਗਿਣ ਗਿਣ ਬਦਲੇ, ਇੱਕ ਨਹੀਂ ਛੱਡਦੀ ਜੇ ਤੁਹਾਡੇ ਦੋਹਾਂ ਦੇ ਸਿਰ ਨਾ ਪੜਵਾਏ, ਇਹਦੇ ਤਾਂ 5 ਟਾਂਕੇ ਨੇ, ਤੁਹਾਡੇ 10-10 ਟਾਂਕੇ ਨਾ ਲਵਾਏ ਤਾਂ ਮੈਨੂੰ ਵੀ ਸੀਪੋ ਕਹਿ ਕੇ ਨਾ ਬੁਲਾਇਓ। ਬੇਬੇ ਮਾਰੀ ਜੜ ਵਾਲੇ ਨਾ ਹੋਣ ਤਾਂ, ਬੇਬੇ ਤੈਨੂੰ ਸੌ ਲੱਗੇ ਮੇਰੀ, ਆਪਾਂ ਲੜਦਾ ਨਹੀਂ ਕਿਸੇ ਨਾਲ, ਮੈਂ ਮਾਰ ਸੌਂਦੇ ਗੋਲੀ ਮੇਰੇ ਅੱਗ ਲੱਗੀ ਪਈ ਹੈ, ਤੂੰ ਸਹਾਂ ਖਵਾਉਣਾ ਹੈ। ਮੇਰੀ ਗੱਲ ਸੁਣ, ਆਪਣੇ ਕੋਲ ਉੱਥੇ ਸਾਰਾ ਕੁਝ ਆ, ਆਪਾਂ ਇੱਥੇ ਰਹਿੰਦੇ ਨਹੀਂ ਹੈਗੇ, ਉਹ ਤਾਂ 3-4 ਜਣੇ ਆ, ਜੇ ਉਹਨਾਂ ਨੇ ਰੱਖ ਕੇ ਆਪਾਂ ਨੂੰ ਸਾਰਿਆਂ ਨੂੰ ਮਾਰਤਾ ਆਪਾਂ ਕੀ ਕਰਾਂਗੇ, ਤੂੰ ਮੇਰੇ ਨਾਲ ਮੇਰੇ ਉੱਤੇ ਆਪਣੇ ਪਿੰਡ ਚੱਲ, ਆਪਾਂ ਸਾਰੇ ਉੱਤੇ ਰਹਿੰਦੇ ਹਾਂ। ਰਹੀ ਗੱਲ ਫੁੱਫੜ ਦੀ, ਫੁੱਫੜ ਦਾ ਬਥੇਰਾ ਪਿਆਰ ਕਰਦੇ ਆ ਉਹ, ਨਾਲੇ ਕੀ ਪਤਾ ਫੁੱਫੜ ਦਾ ਵੀ ਹੱਥ ਵਿੱਚ ਹੀ ਹੋਵੇ, ਬੇਕਰਮਿਆ ਉਹ ਤਾਂ ਆਪ ਹੀ ਉਹਨੂੰ ਸਾਂਭ ਲੈਣਗੇ, ਆਪਾਂ ਨੇ ਇੱਥੇ ਰਹਿੰਦੇ ਭੂਆ। ਬੇ ਮੇਰੀ ਗੱਲ ਸੁਣ ਬੇ, ਆਪਾਂ ਨੇ ਗਦਾਰਾਂ ਦੀਆਂ ਲੇ ਲਕੜੀਆਂ ਨਹੀਂ ਕੱਢਣੀਆਂ, ਬਰੋਬਰ ਵੱਸ ਕੇ ਦਿਖਾਉਣਾ ਬਰੋਬਰ। ਭੀਮਾ ਕਿੱਡੇ ਖਰਾਬ ਨਿਕਲੇ ਦੇਖ ਲੈ, ਹੈ ਆਪ ਹੀ ਤਾਂ ਕਰਮੇ ਨੂੰ ਚੱਕ ਕੇ ਲਿਆਏ, ਨਾਲੇ ਪੈਸੇ ਲਾਉਂਦੇ ਫਿਰਦੇ ਨੇ, ਕਰਮੇ ਨੂੰ ਤਾਂ ਉਹ ਜਮਾ ਨਹੀਂ ਪਸੰਦ ਕਰਦੇ, ਮੈਂ ਵੀ ਆਖਿਆ ਵੀ ਕਿਉਂ ਚੱਕੀ ਫਿਰਦੇ ਨੇ, ਮੈਂ ਮਰ ਜਾ ਪਖੰਡ ਕਰਦੇ ਤੇ ਪਖੰਡ, ਨਾਲੇ ਸੱਪ ਮਾਰਤਾ ਨਾਲੇ ਸੋਟਾ ਲੁਕਾਉਂਦੇ ਫਿਰਦੇ ਤੇ, ਲੁਕਾਉਣ ਕੌਣ ਦੇਊਗਾ, ਮੈਂ ਲੁਕਾਉਣ ਦੇ ਦੂ, ਖਾਣਾ ਪਾਣੀ ਉਹਨੇ ਜਾਣੂਗਾ ਮੈਨੂੰ ਕੀ। ਲਾ ਲਾ ਬੇਬੇ ਆਪਾਂ ਨੀ ਲੜਨਾ, ਕਿਉਂ ਨੀ ਲੜਨਾ, ਤੈਨੂੰ ਸੌ ਲੱਗੇ ਮੇਰੀ ਸੋਹਣੀਆ, ਇਸੇ ਗੱਲ ਕਰਕੇ ਤਾਂ ਆਪ ਘਰੇ ਛੱਡ ਕੇ ਗਏ ਜੀ।
ਵੀ ਸਾਡੇ 'ਤੇ ਸ਼ੱਕ ਨਾ ਹੋਵੇ ਕਿਸੇ ਨੂੰ। ਨਾਲੇ ਇਹ ਗੱਲ ਦਾ ਯਕੀਨ ਹੁਣ ਫੁੱਫੜ ਨੇ ਜਮ੍ਹਾਂ ਨਹੀਂ ਕਰਨਾ ਹੈਗਾ, ਤੁਹਾਡੇ ਕੋਲੇ ਆ। ਬੇ ਫੁੱਫੜ ਯਕੀਨ ਕਰਦਾ ਕਿੱਦਾਂ ਹੈ, ਮੈਨੂੰ ਤਾਂ ਭੋਰਾ ਯਕੀਨ ਨਹੀਂ ਉਹਨਾਂ 'ਤੇ। ਫੁੱਫੜ ਯਕੀਨ ਕਰਦਾ ਹੈ ਉਹਨਾਂ ਦੇ ਕੁੱਕੜ ਜਿਤਿਆਉਂਦਾ ਹੈ, ਜਿਤਿਆਈ ਜਾਂਦੇ। ਮੈਨੂੰ ਭੋਰਾ ਲੋੜ ਨਹੀਂ, ਮੈਂ ਇਕੱਲੀਏ ਵਧੂੰਗਾ ਜੇ ਆ ਵਧੀਆ ਇੱਥੇ ਆ ਗਈ। ਮੈਂ ਕਹਿੰਦਾ ਆਪਾਂ ਇੱਥੇ ਨਾ ਰਹੀ, ਆਪਾਂ ਤਾਂ ਮਗ ਚੱਲ ਸੋਹਣੀਆਂ ਬੈਗ 'ਚ ਪਾਲਾ ਕੱਪੜੇ ਚੱਲੀ ਆਪਾਂ। ਤੂੰ ਇੱਥੇ ਰਹਾਂਗੇ, ਜਾਣਾ ਕਿੱਥੇ ਹੈ? ਸਰੀਕਾਂ ਨੂੰ ਖੁੱਲ ਕਰਨੀ ਹੈ। ਕਿਸੇ ਤੋਂ ਡਰ ਕੇ ਵਗ ਜੀ, ਇਹ ਕੀ ਗੱਲ ਦੇਣਾ ਕਿਸੇ ਦਾ ਕੁਛ, ਉਰੀ ਰਹਾਂਗੇ। ਮੈਂ ਕਰਦੀ ਉਹਨਾਂ ਨਾਲ ਗੱਲ, ਤੂੰ ਬੇਫਿਕਰ ਰਹਿ। ਅੱਜ ਤਾਂ ਉਹਨਾਂ ਨੇ ਮੇਰਾ ਸਿਰ ਪਾੜਿਆ, ਕੱਲ ਨੂੰ ਕੀ ਪਤਾ ਗਾਲੀ ਪੜਦਾ ਹੁਣ। ਹਾਏ ਜੇ ਗੱਲ ਪੜਤਾ ਨੇ ਤੇ ਮੈਂ ਕੀ ਕਰੂੰਗਾ? ਕੋਈ ਨਾ ਕੋਈ ਕੁਛ ਨਹੀਂ ਕਰ ਸਕਦੇ ਤੇਰਾ, ਕੁਛ ਨਹੀਂ ਬਗਿਆਰ ਦੇ। ਮੈਨੂੰ ਡਰ ਲੱਗਦਾ, ਮੈਨੂੰ ਉਹਨਾਂ ਨੇ ਇਹ ਵੀ ਕਿਹਾ ਸੀ ਜੇ ਤੂੰ ਕਿਸੇ ਕੋਲੇ ਗੱਲ ਕਰੀ ਆ ਤਾਂ ਤੇਰੀ ਕੰਡੀ ਦੱਬ ਦਿਆਂਗੇ। ਕੀ ਗੱਲ, ਮੂੰਹ ਬੰਦ ਕਰ ਦੇਣਗੇ ਤੇਰਾ? ਮੇਰਾ ਮੂੰਹ ਬੰਦ ਕਰਕੇ ਦਿਖਾਉਣਾ? ਤੇਰਾ ਮੂੰਹ ਬੰਦ ਕਰਦੇ ਨੇ। ਬੂ ਮੈਂ ਮਰ ਜਾ, ਦੇਖ ਲਵਾਂ ਕਿਵੇਂ ਡਰਾ ਰੱਖਿਆ ਹੈਗਾ। ਉਹ ਤਾਂ ਐਂ ਚਾਹੁੰਦੇ ਨੇ ਵੀ ਇਹ ਵਗ ਜੇ, ਤਾਂ ਹੀ ਤਾਂ ਇਹ ਮੂੰਹ ਨਹੀਂ ਫੁੱਟਦਾ ਸੀ, ਤਾਂ ਹੀ ਨਹੀਂ ਦੱਸਦਾ ਸੀ। ਹਜੇ ਮੈਨੂੰ ਕਹਿੰਦੇ ਜੇ ਤੂੰ ਘਰੇ ਜਾ ਕੇ ਗੱਲ ਕਰੀ ਆ ਨਾ, ਸਾਥੋਂ ਬੁਰਾ ਕੋਈ ਨਹੀਂ। ਤੂੰ ਆਏ ਕਹੀਂ ਵੀ ਮੇਰੇ 'ਚ ਤਾਂ ਬੂਟੇ ਦੀ ਭੂਤ ਆ ਗਈ ਸੀ। ਹਾਂ ਮਾਰਿਆ ਮੇਰਾ ਆਹ ਗੱਲ ਕਹੀ ਆ। ਕੀ ਗੱਲ, ਮੇਰਾ ਪੁੱਤ ਭੂਤ ਬਣ ਗਿਆ ਹੁਣ? ਉਹਨਾਂ ਨੂੰ ਤਾਂ ਚਿੰਬੜਿਆ ਨਹੀਂ ਕਦੇ, ਤੈਨੂੰ ਕਿਵੇਂ ਚਿੰਬੜ ਗਿਆ? ਪਤਾ ਨਹੀਂ, ਮੈਨੂੰ ਤਾਂ ਆਹ ਸਾਰਾ ਕੁਝ ਡਰਾ ਕੇ ਮੈਨੂੰ ਫੇਰ ਲੈ ਕੇ ਆਇਆ ਮੋਟਰ ਦੇ ਨਾਲੇ। ਜਦੋਂ ਵਹਾਉਣ ਲੱਗੇ ਫਿਰ ਦੇ ਉਹਨੇ ਮਗਰ ਦੀ ਮਾਰਿਆ ਮੇਰੇ ਉੱਤੇ ਦੋ ਵਾਰੀ। ਕੋਈ ਨੀ, ਮੈਂ ਲਊ ਬਦਲਾ ਹੁਣ ਇਹਨਾਂ ਦਾ। ਮੈਂ ਕਰਦੀ ਆ ਗੱਲ, ਹੁਣ ਤੂੰ ਚੁੱਪ ਕਰ ਜਾ। ਚੁੱਪ ਕਰ ਜਾ, ਬਹਿ ਜਾ ਤੂੰ, ਮੈਂ ਪਾਣੀ ਲਿਆ ਕੇ ਦਿੰਦੀ ਆ, ਮੈਂ ਧਿਆਨ ਰੱਖੀ ਇਹਦਾ। ਲੈ ਦੇਖ ਲੈ ਬੀਬੀ, ਭੂਆ ਨੂੰ ਕੀ ਕਹਿੰਦੇ ਸੀ, ਆ ਭਤੀਜਾ ਉਦੋਂ ਵੀ ਵੱਡਾ ਪ੍ਰੂਫ ਹੀ ਆ ਨਿਕਲਿਆ। ਰਾਜ ਕਹਿੰਦਾ ਰਿਪੋਰਟਾਂ 'ਚ ਕੁਛ ਨਹੀਂ ਆਇਆ, ਮਾੜੀ ਜੀ ਸੱਟ ਹੈ ਕਹਿੰਦਾ ਉਤਲੇ ਮਾਸ 'ਚ। ਓਹੋ, ਰਿਪੋਰਟਾਂ 'ਚ ਤਾਂ ਆਵੇ ਜੇ ਕਿਸੇ ਨੇ ਚੱਜ ਨਾਲ ਖੱਲਿਆ ਹੋਵੇ। ਪੰਨਿਆ ਤਾਂ ਆਪਦੇ ਆਪ ਹੈ ਮਾੜਾ ਮੋਟਾ ਸਿਰ। ਹਾਂ, ਤੂੰ ਕੀ ਹੈ ਕਿਸੇ ਥਾਂ ਦਾ, ਤੂੰ ਕਰਦਾ ਨਪੁੱਤਾ ਚਰਮਖ ਮੂਹਾਂ ਜਾ, ਘੱਟ ਨਹੀਂ ਹੈਗਾ ਕਿਸੇ ਤੋਂ। ਬੂਆ ਮੈਂ ਤੁਹਾਨੂੰ ਦੱਸਿਆ ਸੀਗਾ ਉਹਨੇ ਰੁਪਈਏ ਲਵਾਉਣੇ ਸੀ, ਲਵਾ ਤੂੰ ਵੀ ਬਿਨਾਂ ਗੱਲ ਤੋਂ, ਜੇ ਸਮਾਰ ਕੇ ਸਪਰੇ ਵੀ ਲੈ ਜੇ ਮਰਨੀ ਸੀ। ਦੇ ਪੁੱਤ, ਉਹਦੀ ਕਿਹੜਾ ਜੇਬ 'ਚੋਂ ਲੱਗਣੇ ਤੇ, ਘਰ ਤਾਂ ਤੇਰੇ ਤਾਏ ਦਾ ਖਾਲੀ ਕਰਨਾ ਉਹਨੇ, ਕਿਸੇ ਨਾ ਕਿਸੇ ਤਰੀਕੇ ਕਰੂਗਾ। ਉਹੀ ਸਾਨੂੰ ਦੇਖ ਕੇ ਮਰੀ ਗਿਆ, ਸਿਰ ਵੀ ਭੱਜ ਕੇ ਆ ਕੇ ਚੱਕ ਲੈਣਗੇ ਤਾਂ ਚੱਕਣ। ਮੈਂ ਤਾਂ ਕਿਹਾ ਸੀ ਬਾਈ ਨੂੰ, ਮਰਦਾ ਮਰਨ ਦੇ ਮਰੀ ਜਾਣ ਦੇ ਸਿਰ ਢੰਗ ਕਰਦਾ ਹੋਊਗਾ। ਲੈ ਦੇਖ ਲੈ, ਮੈਂ ਤਾਂ ਐਂ ਹੈਰਾਨ ਮੰਨਦੀ ਹਾਂ, ਦੰਦ ਘੁੱਟ ਕੇ ਹੀ ਪੈ ਗਿਆ। ਹਾਏ, ਦੇਖ ਤਾਂ ਸਹੀ ਬੋਲੇ ਹੀ ਨਹੀਂ। ਨੀ ਤੀਵੀਆਂ ਨੂੰ ਤਾਂ ਕਹਿੰਦੇ ਤੇ ਵੀ ਚਰਿੱਤਰ ਕਰਦੀਆਂ ਨੇ, 365 ਚਰਿੱਤਰ ਹੁੰਦੇ ਨੇ ਕਿ ਤੀਵੀਆਂ 'ਚ ਆ ਬੰਦਾ ਹੁੰਦੇ। ਲੈ ਇਹ ਵੀ ਤੀਵੀਆਂ ਵਾਲੇ ਢੰਗ ਫੜਦੇ ਨੇ, ਕੀ ਕਹੀਏ ਇਹਨੂੰ। ਕੱਲ ਮੋਟਰਸਾਈਕਲ ਤੇ ਮਸਾਂ ਬਿਠਾਇਆ, ਜਦੋਂ ਮੈਂ ਘਰੇ ਮੰਜੇ ਲਾਉਣ ਲੱਗਿਆ ਨਾ, ਲੌਂਕੀ ਗਿਆ ਮੇਰੀ ਲੱਤ ਵੀ ਤੋੜਤੀ ਸੁਣੇ, ਦਾਵ ਆ ਗਈ ਸੀ ਲੱਤ ਤੇ। ਹਾਏ ਵੇ ਰੱਬਾ, ਜੇ ਕੋਈ ਹੋਰ ਹੁੰਦਾ ਨਾ ਆਪਣੀ ਥਾਂ ਤੇ, ਅਗਲਾ ਪਿੱਛੇ ਛਿੱਟ ਕੇ ਆ ਜਾਂਦਾ ਵੀ ਆਪਾਂ ਨੇ ਇਹ ਤੋਂ ਕੀ ਕਰਾਉਣਾ। ਆਪਾਂ ਫੇਰ ਵੀ ਆਪਣਾ ਢਿੱਡ ਮੱਚਦਾ ਬਿਨਾ ਆਪਣਾ ਕੋਈ ਬਗਾਨਾ ਨਹੀਂ ਹੈਗਾ। ਹੋਰ ਅਗਲਾ ਕੋਈ ਚੱਕਦਾ ਵੀ ਨਹੀਂ ਸੀਗਾ, ਇਹ ਤਾਂ ਆਪਾਂ ਚੱਕ ਤਾਂ ਲਿਆਏ ਫੇਰ ਵੀ। ਰਿਪੋਰਟਾਂ 'ਚ ਕੁਛ ਨੀ ਆਇਆ ਹੈਗਾ, ਗਰਮ ਨੀ ਹੋਇਆ ਕਰ, ਠੰਡੀਆਂ ਕਰ ਦੀ ਬੰਨ ਕੇ ਨੀ ਪਾਇਆ ਬਣਾ ਪਟਕਾ ਪਟਕਾ ਕੇ ਮਾਰੇ ਮੈਨੂੰ ਹੁਣ ਦੱਸਿਆ ਉਹਨੇ। ਖੜ ਜਾ ਇੱਕ ਮਿੰਟ, ਗੱਲ ਸੁਣ, ਮੇਰੀ ਗੱਲ ਸੁਣ। ਤੈਨੂੰ ਉਹਨੇ ਐਂ ਕਿਹਾ ਵੀ ਮੇਰਾ ਮਗਰ ਬਾਹਾਂ ਬੰਨ ਕੇ ਮੈਨੂੰ ਇਹਨਾਂ ਨੇ ਮਾਰਿਆ ਦੋਨਾਂ ਨੇ। ਅੱਛਾ, ਜੇ ਉਹਨਾਂ ਨੇ ਮਾਰਨਾ ਹੁੰਦਾ ਹੈ, ਸਮਾਰ ਕੇ ਮਾਂਗਰ ਬਾਹਾਂ ਨਹੀਂ ਬੰਨਦੇ ਸੀ, ਉਹਦੀ ਗਰਦਨ ਮੋਸਦੀਆਂ, ਗਰਦਨ ਮੋਸ ਕੇ ਮੇਰੇ ਪੁੱਤ ਮਾਰ ਕੇ ਸਿੱਟ ਕੇ ਫੇਰ ਆਉਂਦੇ, ਲਿਆ ਕੇ ਉਹਨਾਂ ਨੇ ਚੱਕ ਕੇ ਲਿਆਂਦਾ, ਡਾਕਟਰ ਦੇ ਲਗਾਏ, ਪੱਟੀਆਂ ਕਰਾਈਆਂ। ਅੱਛਾ, ਉਹ ਬਚਾਉਂਦੇ ਜੇ ਉਹਨਾਂ ਨੇ ਮਾਰਿਆ ਹੁੰਦਾ? ਬਸ ਮੈਨੂੰ ਮਿੱਠੇ ਪੋਚਿਆਂ ਦੀ ਲੋੜ ਨਹੀਂ, ਮੈਨੂੰ ਨਹੀਂ ਲੋੜ। ਦੇਖ ਲੈ, ਪਟਕਾ ਕੇ ਮਾਰਿਆ ਮੇਰਾ ਭਤੀਜਾ, ਮਰਨ ਦੀ ਕੀ ਕਸਰ ਰਹਿ ਗਈ? ਨਹੀਂ ਭਾਬੀ, ਪਟਕਾ ਕੇ ਮਾਰ, ਆਹ ਦੇਖ ਲੈ
ਕਹਿੰਦੀ ਆ ਕੇ ਹੋਏ ਦਾ ਭਤੀਜਾ ਰਾਜ ਨੇ ਤੇ ਇਹਨੇ ਹਰਜੀਤ ਨੇ ਪਟਕਾ ਕੇ ਮਾਰੇ ਤਾਂ ਸੱਟ ਵੱਜੀ ਆ ਉਹਦੇ। ਕਿਉਂ ਤਾਈ ਕੋ ਫਿਰ ਤੋਂ ਹੋ ਗਈ ਆ, ਇਹ ਤਾਂ ਕੱਲ ਦੇ ਵਿਚਾਰੇ ਫਿਕਰ ਕਰੀ ਜਾਂਦੇ ਆ, ਕਹਿੰਦੇ ਲੈ ਉਹ ਆਪਦਾ ਸਿਰ ਆਪ ਹੀ ਮਾਰੀ ਜਾਂਦਾ ਸੀ ਕਿ ਮੈਨੂੰ ਬੂਟੇ ਦੀ ਉਹਦਾ ਜੇ ਦਿਮਾਗ ਹੱਲਿਆ ਹੋਇਆ, ਜੋ ਦਿਮਾਗ ਹੱਲ ਤਾਂ ਸਿਰ ਮਾਰ ਦਿੱਤੀ ਇਹਨਾਂ ਨੇ, ਨਾ ਮਾਰਿਆ ਕੰਜਰਾਂ ਨੇ ਆਪਦਾ ਸਿਰ, ਇਹਨਾਂ ਨੇ ਕਿਉਂ ਨਹੀਂ ਮਾਰਿਆ, ਉਹ ਤਾਂ ਕਾਤੋਂ ਢੰਗ ਕਰਦਾ ਸੀ, ਕਹਿੰਦਾ ਮੈਨੂੰ ਬੂਟੇ ਦੀ ਕਸਰ ਹੋ ਗਈ ਸਾਨੂੰ ਦੱਸ ਕੀ ਪਤਾ, ਇਹ ਤੇ ਕੱਲ ਦੇ ਕਹੀ ਜਾਂਦੇ ਨੇ, ਇਹਨਾਂ ਨੂੰ ਨਹੀਂ ਹੋਏਗਾ ਸਰ, ਇਹ ਦਿਨ ਰਾਤ ਖੇਤ 'ਚ ਫਿਰਦੇ ਨੇ, ਇਹਨਾਂ ਨੂੰ ਕਦੋਂ ਕਸਰ ਹੁੰਦੀ ਹੈ, ਸਾਡੇ ਵਾਲ ਹੁੰਦੀ ਹੈ, ਸਾਡੇ ਵਾਲ ਨੂੰ ਢੰਗ ਨਹੀਂ ਆਉਂਦਾ ਬਾਈ, ਦੇਖੀ ਹੋਈ ਨੂੰ ਕੰਮ ਵੀ ਨਹੀਂ, ਮੇਰੀ ਗੱਲ ਸੁਣ, ਇਹ ਵੀ ਤੇਰੇ ਆਪਦੇ ਨੇ ਕੋਈ ਬਗਾਨੇ ਨੇ, ਉਹ ਹੀ ਨਹੀਂ ਗਰਮ ਹੋਇਆ ਕਰਦੇ, ਗਰਮ ਕਿਵੇਂ ਨਾ ਹੋਵਾਂ, ਉਹ ਤਾਂ ਉਹਦੇ ਸਿਰ ਪਾੜ ਕੇ ਧਰਤਾ, ਲੈ ਦੇਖ ਲੈ ਕੁੜੇ ਗੱਲ ਤੇ ਨਹੀਂ ਆਉਂਦੀ, ਉਸ ਤੁਹਾਨੂੰ ਕਿਹਨੇ ਕਿਹਾ ਵੀ ਸਿਰ ਪਾੜ ਤਾਂ ਕੱਲ ਦਾ, ਤਾਂ ਉਹ ਮੁੱਦੇ ਮੂੰਹ ਪਿਆਗਾ ਭਾਈ, ਆਪ ਦੱਸੋ ਨਾ ਜੇ ਮੈਨੂੰ ਆਪ ਦੱਸੇ ਬੋਲ ਕੇ, ਕੱਲ ਕਿਹੜਾ ਮੂੰਹ ਪਿਆ ਸੀ, ਕਹਿੰਦਾ ਮੈਂ ਡਰਦਾ ਦੱਸਦਾ ਜੇ ਹੁਣ ਲੜਾਈ ਪਊਗੀ, ਅੱਛਾ ਡਰਨ ਨੂੰ ਜਵਾਕ ਆਹੋ ਕੱਲ ਦਾ, ਇੱਕ ਮਿੰਟ ਮੇਰੀ ਗੱਲ ਸੁਣ ਤਾਈ, ਇੰਨਾ ਕਿ ਤਾਂ ਠੰਡੇ ਦਿਮਾਗ ਨਾਲ ਗੱਲ ਸੋਚ ਲੈ, ਕੋਈ ਉਹ ਬੇਹੋਸ਼ ਹੋਇਆ ਤਾਂ ਪਿਆ ਨਹੀਂ ਸੀ, ਸਾਰੀ ਉਹਨੂੰ ਸੁਰਤ ਸੀ, ਕੱਲ ਹੀ ਉਹ ਦੱਸ ਸਕਦਾ ਸੀਗਾ, ਅੱਜ ਜਦੋਂ ਹੁਣ ਉਹਨੂੰ ਪਤਾ ਲੱਗ ਗਿਆ ਵੀ ਰਿਪੋਰਟਾਂ 'ਚ ਨਹੀਂ ਕੁਛ ਆਇਆ, ਫਿਰ ਉਹ ਕਹਿੰਦਾ ਕਿ ਵੀ ਮੈਨੂੰ ਉਹਨਾਂ ਨੇ ਮਾਰਿਆ, ਭਾਈ ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਸਾਫੀਆਂ ਦੀ ਲੋੜ ਨਹੀਂ, ਰਹਿਣ ਦਿਓ ਰਹਿਣ ਦਿਓ, ਮੇਰਾ ਘਰ ਵਸਦਾ, ਰਹਿਣ ਦੇ ਦਿਓ, ਭਾਬੀ ਇਹਨਾਂ ਨੂੰ ਕੀ ਮਿਲੂਗਾ ਜੇ ਇਹਨਾਂ ਦੇ ਮਨ 'ਚ ਐਡੀ ਪਾਪ ਹੁੰਦਾ, ਉਹਨੂੰ ਘਰੇ ਕਿਉਂ ਲਿਆਉਂਦੇ, ਕਿਉਂ ਉਹਨੂੰ ਡਾਕਟਰ ਦੇ ਲੈ ਕੇ ਜਾਂਦੇ, ਚੱਕ ਕੇ ਮਾਰਦੇ ਟੀਵੀ, ਸਾਡਾ ਨਾਉ ਨਾ ਟਿਕੇ ਨਹੀਂ, ਸਾਡਾ ਨਾਉ ਨਾ ਟਿਕੇ, ਇੱਕ ਉੱਪਰ ਥੋੜਿਆ ਕਰਦੇ ਅਣਤੋਲੀ ਧਰਤੀ ਤੇ ਪਈਏ ਕਰਦੇ, ਜੇ ਨਹੀਂ ਸ਼ਾਂਤ ਹੋ ਜਾ, ਤੂੰ ਐਂ ਕਿਉਂ ਕਰੀ ਜਾਂਦੀ ਹੈ, ਬੁੱਢੇ ਨੇ ਨਾ ਮਾਰਿਆ ਇਹਨਾਂ ਨੇ, ਕਿਉਂ ਮੇਰੀ ਗੱਲ ਸੁਣ ਤਾਈ, ਅਸੀਂ ਇਹ ਨਹੀਂ ਕਹਿੰਦੇ ਤੇਰਾ ਭਤੀਜਾ ਤੈਨੂੰ ਪਿਆਰਾ, ਪਰ ਉਹ ਆਪਾਂ ਨੂੰ ਦੋਵਾਂ ਘਰਾਂ ਨੂੰ ਲੜਾ ਕੇ ਮਾਰ ਦੂਗਾ, ਤਾਈ ਮਾੜਾ ਮੋਟਾ ਤਾਂ ਸਮਝਣ ਦੀ ਕੋਸ਼ਿਸ਼ ਕਰ, ਕਿਉਂ ਉਹ ਐਂ ਕਰੀ ਜਾਂਦਾ, ਲੈ ਅਸੀਂ ਜਾ ਕੇ ਪੁੱਛਦੇ ਉਹਨੂੰ, ਚਲੇ ਉਹ ਗੁਰਦੁਆਰੇ, ਲੈ ਅਸੀਂ ਸਾਡੇ ਦੋਵੇਂ ਚੜ੍ਹਨਗੇ ਗੁਰਦੁਆਰੇ, ਤੁਸੀਂ ਚੜੋ ਗੁਰਦੁਆਰੇ, ਹਾਂ ਜਿਨ੍ਹਾਂ ਨੇ ਮਾਰਿਆ ਉਹ, ਲੈ ਅਸੀਂ ਤਾਂ ਚੜ੍ਹ ਜਾਂਗੇ, ਜਿੱਦੇ ਹੁਣ ਤੱਕ ਉਸ ਨਹੀਂ ਕਿਹਾ ਮਾਰ ਕੇ ਦੱਬਾਂਗੇ, ਹੁਣ ਕਹਿਣਾ ਮੈਂ ਤੂੰ ਦੱਬ, ਤੂੰ ਦੱਬ, ਹੋਰ ਨਹੀਂ ਮਾਰ ਨਹੀਂ ਕਿੰਨੇ ਤੈਨੂੰ ਟਿਕ ਜਾ, ਆਹ ਵਿਚਾ ਲਿਓ, ਆ ਜਾ ਚੁੱਪ ਕਰ ਪੁੱਤਾ, ਹੱਦ ਹੋ ਗਈ, ਹੱਦ ਹੋ ਗਈ ਪਈ ਆ, ਮਾਰਨਗੇ ਬਾਈ ਫੇਰ ਤਾਂ, ਜਦੋਂ ਝੂਠੇ ਫਸਾਉਣੇ ਤੂੰ ਮਰਵਾਉਣੀ ਹੈ, ਆਹਾਂ ਤੂੰ ਆ ਗਈ ਗੱਲ, ਮਰਵਾਉਣੀ ਹੈ ਤੂੰ ਜਾਣ ਜਾਣ ਕੇ, ਜੇ ਅਸੀਂ ਸਾਂਭ ਲਾਂਗੇ ਸਾਰਾ ਕੁਝ, ਜੇ ਬਾਦ ਸਾਡੀ ਮਾਂ ਨੇ ਇਹ ਜੇ ਸੰਸਕਾਰ ਨਹੀਂ ਦਿੱਤੇ, ਸਾਡੀ ਸੱਸ ਵਰਗੀ ਤਾਂ ਕੋਈ ਬਣ ਨਹੀਂ ਸਕਦਾ, ਸਾਡੀ ਮਾਂ ਵਰਗਾ, ਇਹ ਤਾਂ ਪਹਿਲਾਂ ਕਹੀ ਜਾਂਦੀ ਸੀ ਰਾਜ ਨੂੰ, ਤੋਰ ਕੇ ਰਾਜੀ ਨਹੀਂ ਸੀ, ਅਸੀਂ ਤਾਂ ਇਹਨਾਂ ਨੂੰ ਕਿਹਾ ਵੀ ਭਾਈ ਉਹ ਤਾਂ ਭੇੜੇ ਬੂਥੜ ਵਾਲੇ ਤੋਂ ਪਾਸਾ ਵੱਟ ਕੇ ਲੰਘ ਜਾ ਕਰੋ, ਮੈਂ ਮਾੜੀਆਂ, ਮੇਰਾ ਭਤੀਜਾ ਮਾਰਾ, ਇਹ ਚੰਗੀ ਹੈ ਤੁਹਾਡਾ ਸਾਰਾ ਟੱਬਰ ਚੰਗਾ ਵੀਰ, ਚੰਗਾ ਮਾਰਿਆ ਮਾਰੇ ਅਸੀਂ ਤਾਂ, ਇਹ ਤਾਂ ਸਾਰਿਆਂ ਨੂੰ ਦਿੱਤਾ, ਕੌਣ ਚੰਗਾ ਕੌਣ ਮਾੜਾ, ਕੋਈ ਨਾ ਕੋਈ ਨਾ, ਰੱਬ ਦਾ ਇਨਸਾਫ ਕਰੂਗਾ, ਰੱਬ ਕੋਲ ਸਾਰੇ ਇਨਸਾਫ, ਹਾਂ ਇਹ ਗੱਲ ਸਹੀ ਆ ਜੇ ਤਾਈ ਤੇਰੀ, ਜੇ ਸਾਡਿਆਂ ਨੇ ਕੀਤਾ ਸਾਡਾ ਹੋ ਜੇ ਨੁਕਸਾਨ, ਲੈ ਸਾਡਾ ਹੋਵੇ ਜਿਹੜਾ ਕੁਛ ਹੁੰਦਾ ਰੱਬ ਕਰੂਗਾ, ਪਰ ਰੱਬ ਤੇ ਡੋਰਾਂ ਦਾ ਛੱਡ, ਕੋਈ ਨਹੀਂ ਕੋਈ ਨਹੀਂ, ਛੱਡੀਆਂ ਹੋਈਆਂ ਨੇ, ਸਾਡਾ ਜ਼ੋਰ ਤਾਂ ਚੱਲਦਾ ਨਹੀਂ, ਬਰਾਬਰੀ ਨਹੀਂ ਕਰ ਸਕਦਾ, ਉਹ ਤਾਂ ਇਕੱਲਾ ਹੈ, ਤੁਸੀਂ ਤਿੰਨੋ ਛੇੜਾਂ ਵਰਗੇ, ਨਹੀਂ ਭਾਬੀ ਉਹ ਤਾਂ ਇਕੱਲੀ ਸੌਂ ਵਰਗਾ, ਤੇ ਇਹਨਾਂ ਦੋਵਾਂ ਨੂੰ ਉਹੀ ਨਹੀਂ ਆਉਣ ਦਿੰਦਾ, ਗੱਲਾਂ 'ਚ ਹੀ ਨਹੀਂ ਆਉਣ ਦਿੰਦਾ, ਆਹ ਦੇਖ ਲੈ ਛੋਟੇ ਵਾਲੀ ਕੰਮ ਕਰਦਾ, ਬੇਵਕੂਫ ਨੇ ਜਿਹੜੇ ਇਨਸਾਨੀਅਤ ਦੇ ਨਾਤੇ ਬਾਗਿਆਂ ਨੂੰ ਬਚਾਉਣ, ਇਨਸਾਨੀਅਤ ਸਾਂਭ ਕੇ ਰੱਖੋ ਆਪਦੀ, ਮੈਨੂੰ ਨਹੀਂ ਲੋੜ ਹੈਗੀ, ਨਹੀਂ ਉਹੀ ਨਹੀਂ ਲੜਿਆ ਕਰਦੇ ਬਾਈ, ਜਾ ਪਾਣੀ ਪੀ ਕੇ ਘੁੱਟ ਪੀ ਲੈ, ਮੈਨੂੰ ਚੈਨ ਕਿੱਥੇ, ਮੈਨੂੰ ਨਹੀਂ ਚੈਨ ਹੈਗੀ, ਫਿਰ ਕਰੇਂਗੀ ਕੀ ਹੁਣ ਜੇ ਨਹੀਂ ਚਾਹੇਗੀ, ਮਰੂੰਗੀ ਨਾ ਸਿਰ ਚੜ ਕੇ, ਮਰੂੰਗੀ ਮਰੂੰਗੀ ਉਰੇ ਛੋਟੇ ਬਾਹਰ ਚ ਮਰੂੰਗੀ, ਲੈ ਦੇਖ ਲੈ ਜਾ, ਮਰ ਜੱਲੇ ਆ ਕੇ ਦੇਖ ਲੈ, ਹਾਂ ਆ ਜਾ ਆ ਜਾ, ਤੇਰੇ ਕੋਲ ਹੀ ਬੱਚੇ ਮਾਰ ਕੇ ਮਰੂੰਗੀ, ਹਰਜੀ ਖੜ ਜਾ, ਤੁੰਡ ਲੱਗ ਜਾ, ਹਟ ਜਾ, ਹੱਥ ਬਣਾ ਲੈ, ਹੱਥ ਬਣਾ ਲੈ, ਨਹੀਂ ਕਰਿਆ ਕਰਦੇ, ਆਪਦਾ ਤਾਂ ਪੱਟ ਲੈ, ਸਾਡਾ ਨਾ ਪੱਟ, ਹੱਥ ਬਣਾ ਲੈ, ਕੀ ਗੱਲ ਹੈ, ਪੱਟਣ ਨੂੰ ਕਿ ਮੈਂ ਖੁਰਪਾ ਚੱਕੀ ਫਿਰਦੀਆਂ, ਨਹੀਂ ਬਾਬਾ ਪੱਟੂੰਗੀ, ਮੇਰੀ ਗੱਲ ਸੁਣ, ਕੱਟ ਨਹੀਂ ਖੁਰਪਿਆਂ ਤੋਂ ਵੀ, ਕੱਟ ਨਹੀਂ, ਮੇਰੇ ਪੁੱਤਾਂ ਨੂੰ ਕਿਤੇ ਵੀ ਨਹੀਂ ਬਖਸ਼ਦੀ ਕੁੜੇ ਤੂੰ, ਨਾ ਘਰੇ ਨਾ ਖੇਤ ਉਹਨਾਂ ਨੂੰ ਜਾਣ ਹੀ ਨਹੀਂ ਦਿੰਦੀ ਕਿਤੇ, ਕੋਈ ਨਾ ਕੋਈ ਨਾ, ਮੈਨੂੰ ਨਿਰਨਾ ਕੱਢ ਲੈਣ ਦੇ, ਸੋਹਣੇ ਚੌੜ ਦੌੜ ਜੇ ਕੰਮ ਨਾ ਕੀਤੇ, ਕੋਈ ਨਾ ਮੈਨੂੰ ਅਸੀਂ ਭੋਲਾ ਜਾ, ਨਿਰਨਾ ਕੱਢ, ਨਿਰਨਾ ਕੱਢ ਤੂੰ, ਪੱਟੂੰਗੀ, ਹਾਂ ਕੁੜੇ ਜਦੋਂ ਜੀ ਕਰਦਾ ਆ ਜਾਂਦੀ ਆ ਲੈ ਚੜੀ ਚੜਾਈ, ਲੈ ਪੂਆ ਫਿਰ ਹੁਣ ਮੇਰੀ ਗੱਲ ਸੁਣ, ਇਹ ਤਾਂ ਘਰੇ ਢਾਉਣ ਆਉਂਦੀ ਹੈਗੀ, ਐ ਰਾਜ ਵਰਗਿਆਂ ਦਾ ਕੀ ਕਸੂਰ ਆ, ਕੋਈ ਕਮਲੇ ਥੋੜੂ ਨੇ ਉਹ, ਵੀ ਐ ਮੇਰੀ ਗੱਲ ਸੁਣ, ਉਹਦੇ ਉਹਨੂੰ ਮਾਰਨਗੇ, ਉਹ ਤਾਂ ਉਦੋਂ ਦੇ ਕਹੀ ਜਾਂਦੇ ਵੀ ਪਤਾ ਨਹੀਂ ਕਾਹਤੋਂ ਸਿਰ ਮਾਰਦਾ ਸੀ, ਹੁਣ ਆਇਆ ਘਰੇ ਢਾਉਂਦੀ ਹੈਗੀ, ਇਹ ਤਾਂ ਆ ਕੇ ਦੱਸ ਕੀ ਬਣੀ ਗੱਲ ਹੈ ਮਾਂ, ਐ ਥੋੜੀ ਹੁੰਦਾਗਾ, ਕੱਲ ਨੂੰ ਇਹ ਕੋਈ ਗੱਲ ਹੋਰ ਕਹੂਗੀ,
ਉੱਤੇ ਤਾਂ ਕੋਈ ਨਾ ਹੱਲ ਕਰਨਾ ਪਊ, ਤਾਂ ਥਾਣੇ ਥੂਣੇ ਚ ਲਿਖ ਕੇ ਦੇਣਾ ਪਊਗਾ ਵੀ ਸਾਨੂੰ ਇਹ ਖਤਰਾ ਇਹ ਆਈਸੋਲੇਟ ਕਰਦਾ। ਹਾਂ ਭਾਈ, ਹਾਂ ਇਹ ਪ੍ਰਪਾ ਤਾਂ ਹੁਣ ਰਹਿ ਨਹੀਂ ਗਿਆ ਪੁੱਤ, ਪ੍ਰਪੇ ਵਾਲੀ ਗੱਲ ਤਾਂ ਜਾਣੀ ਕਹਿੰਦੇ ਆ। ਮਾਂ ਮੇਰੀ ਗੱਲ ਸੁਣ, ਹੁਣ ਭੂਆ ਦੇ ਖੇਤ ਜਾਏ ਬਿਨਾਂ ਵੀ ਨਹੀਂ ਸਰਦਾ, ਉੱਤੋਂ ਫਸਲ ਪੱਕੀ ਪਈ ਆ। ਕੱਲ ਨੂੰ ਮੇਰੀ ਗੱਲ ਸੁਣ ਭਾਈ, ਮਸ਼ੀਨ ਵੀ ਲੱਗਣੀ ਆ, 100 ਗੱਲਾਂ ਨੇ, ਉਹਨੂੰ ਤਾਂ ਢਾਂਗੀ ਵਾਲੇ ਆਉਂਦੇ ਆ, ਉਹ ਤਾਂ ਢਹਿ ਜਾਣਾ ਫਿਰ ਤੀਵੀਆਂ ਨਾਲੋਂ ਮਾੜਾ ਹੋ ਗਿਆ। ਮੈਂ ਤਾਂ ਪਹਿਲਾਂ ਕਹਿ ਕੇ ਹਟੀਆਂ ਵੀ ਤਾਂ ਚਰਿੱਤਰ ਤੀਵੀਆਂ ਵਾਂਗੂ ਕਰਦਾ, ਉਹ ਤਾਂ ਸਾਨੂੰ ਪਤਾ ਸੀ ਭੂਆ ਵੀ ਉਹ ਜਿਹੜਾ ਕੋਈ ਚੁੱਪ ਬੈਠਾ ਗਾ ਉਹ ਦੇਖੀ ਸਹੀ ਕੋਈ ਨਾ ਕੋਈ ਪੜਾਕਾ, ਉਹ ਤਾਂ ਕਾਲਾ ਨਾਗ ਹੈ, ਕਾਲਾ ਨਾਗ ਹੈ, ਦੱਸੂ ਦੱਸੂ ਸਾਰਿਆਂ ਨੂੰ। ਉਹਦੀ ਵਜ੍ਹਾ ਨਾਲ ਆਪਣਿਆਂ ਦੇ ਦਿਮਾਗਾਂ ਤੇ ਅਸਰ ਪੈਂਦਾ ਨਾ, ਹੁਣ ਉਹ ਗੁੱਸੇ ਹੋਇਆ ਬੈਠਾ। ਨਹੀਂ ਇਹ ਤਾਂ ਸੱਚੇ ਸੁੱਚੇ ਨੇ, ਇਹਨਾਂ ਦੇ ਮਨ 'ਚ ਤਾਂ ਪਾਪ ਨਹੀਂ ਹੈਗਾ, ਇਹਨਾਂ ਨੇ ਕਿਹੜਾ ਕੋਈ ਮਾੜਾ ਕਰਤਾ ਸੀ। ਮੈਂ ਕਿਹਾ ਤੁਸੀਂ ਜਦੋਂ ਮਾਰਦਾ ਸੀ ਸਿਰ ਮਾਰੀ ਜਾਂਦਾ, ਕਹਿੰਦੇ ਇਨਸਾਨੀਅਤ ਮਗਾ ਇਨਸਾਨੀਅਤ ਹੀ ਮਰਵਾਓ, ਉਹ ਇਨਸਾਨੀਅਤ ਦੇ ਲਾਇਕ ਹੈ ਹੀ ਨਹੀਂ ਭੈਣ ਜੀ। ਨਹੀਂ ਇਹ ਤਾਂ ਚੱਕ ਲੈ ਵੀ ਇਹੋ ਜਿਹਾ ਉਰੇ ਊਂ ਮਰ ਗਿਆ, ਫੇਰ ਕਹਿ ਦੇਣਗੇ ਇਹਨਾਂ ਨੇ ਮਾਰਤਾ, ਇਹਨਾਂ ਨੂੰ ਕੀ ਪਤਾ ਸੀ ਫੇਰ ਵੀ ਪੁੱਠੀ ਪਊ। ਹੁਣ ਕੀ ਬਣੂਗਾ, ਕੋਈ ਨਾ ਆਪਾਂ ਬਹਿ ਕੇ ਗੱਲ ਕਰਦੇ ਆ, ਕਰਦੇ ਬਹਿ ਕੇ ਗੱਲ। ਹਾਂ ਉਹ ਡਰ ਵਾਲੀ ਗੱਲ ਨੀ, ਐ ਨੀ ਹੁੰਦਾ ਇਹੋ ਜਿਹੀ ਦਾ ਕੀ ਪਤਾ, ਜੇ ਜਾ ਕੇ ਥਾਣੇ 'ਚ ਖੜ ਗਈ ਤੈਨੂੰ ਪਤਾ ਤਾਂ ਆਈ ਟਿਕਣ ਵਾਲੀ ਵੀ ਨਹੀਂ ਹੈਗੀ। ਕੋਈ ਨਾ ਤੂੰ ਸੋਚਣਾ ਕਰ ਪੁੱਤ, ਇਹਦੇ ਨਾਲੋਂ ਪਹਿਲਾਂ ਥਾਣੇ ਅਸੀਂ ਜਾਵਾਂਗੇ। ਮੈਂ ਕਹਿੰਦੀ ਹਾਂ ਤੇਰੇ ਬਾਪੂ ਨੂੰ ਆਪਾਂ ਲਿਖ ਕੇ ਦੇਵਾਂਗੇ ਵੀ ਸਾਡੇ 'ਤੇ ਬਿਨਾਂ ਵਜ੍ਹਾ ਤੋਂ ਇਲਜ਼ਾਮ ਲੱਗਦਾ। ਐਂ ਤਾਂ ਪਰ ਤਾਂ ਆਏ ਨੂੰ ਵੀ ਪਤਾ ਹੀ ਹੈ। ਮੇਰੀ ਗੱਲ ਸੁਣ, ਤੂੰ ਮੈਂ ਉਸਨੂੰ ਫੋਨ ਲਾ ਬਾਪੂ ਵਰਗੇ ਨੂੰ, ਬਾਪੂ ਇਹ 'ਚ ਸੱਤ 'ਚ ਗਿਆ ਹੋਇਆ, ਇਹ ਬਾਪੂ ਘਰੇ ਆ, ਆਪਾਂ ਕੋਈ ਗੱਲ ਤਾਂ ਕਰੋ, ਜਾ ਆਉਣਗੇ ਨਾਲੇ ਸਰਪੰਚ ਸਰਪੰਚ। ਮੇਰੀ ਗੱਲ ਸੁਣ ਭਾਬੀ, ਥਾਣੇ ਵਾਲੇ ਕਿਹੜਾ ਇੰਨੇ ਬੌਲੇ ਨੇਗੇ, ਉਹ ਵੀ ਤਾਂ ਕਾਰਵਾਈ ਕੋਈ ਨਾ ਕੋਈ ਤਾਂ ਕਰਨਗੀ, ਉਹਨਾਂ ਨੂੰ ਵੀ ਕੋਈ ਨਾ ਕੋਈ ਸਬੂਤ ਤਾਂ ਮਿਲੂਗੀ, ਫੇਰ ਇਹ ਜਾ ਕੇ ਕਿਸੇ ਨੂੰ ਕੁਛ ਕਹਿਣਗੇ, ਐਡੇ ਬੌਲੇ ਤਾਂ ਹੈ ਨਹੀਂ, ਇਹ ਜਾ ਕੇ ਦਰਖਾਸਤ ਦਿਆ ਹੀ ਤੇ ਗੱਦ ਦਿਨੇ ਆ ਕੇ ਚੜ ਕੇ। ਦੇਖ ਬੀਬੀ, ਉਹਨਾਂ ਨੇ ਜੇ ਦਰਖਾਸਤ ਜਿਹੜੇ ਬੰਦੇ ਨੇ ਦੇਤੀ, ਉਹਨਾਂ ਨੂੰ ਤਾਂ ਆਉਣਾ ਪਊ, ਉਹ ਤਾਂ ਕਾਨੂੰਨ ਦੇ ਬੰਨੇ ਹੁੰਦੇ ਨੇ, ਠੀਕ ਹੈ। ਇਹ ਜਿਹਦੇ ਤਾਂ ਅਸੀਂ ਨਹੀਂ ਪਤਾ ਪੁੱਤ, ਕਣਕ ਪੱਕੀ ਪਈ ਹੈ, ਜਾਂ ਤਾਂ ਸੀਖ ਆਪਣੇ ਵਾਲੀ 'ਚ ਸਿੱਟ ਦੇ ਅਤੇ ਜਾਂ ਆਪਦੇ ਵਾਲੀ 'ਚ ਸਿੱਟ ਲੈ, ਕੋਈ ਭਰੋਸਾ ਮੈਨੂੰ ਤਾਂ ਡਰ ਇਹਨਾਂ ਦਾ, ਕੋਈ ਪਤਾ ਨਹੀਂ ਜੇ ਦਿਮਾਗ 'ਚ ਵੀ ਨਾ ਹੋਈ ਉਹਦਾ ਢਹਿ ਜਾਣੇ ਦਾ ਕੋਈ ਪਤਾ, ਮੈਨੂੰ ਤਾਂ ਡਰ ਲੱਗਦਾ ਇਹਨਾਂ ਦਾ ਕੀ ਪਤਾ ਵੀ ਰਾਏ ਨਾ ਕਰਦੇ ਆ। ਬਸ ਮਾਂ ਆ ਗੱਲ ਨਾ ਬੋਲ ਵਾਹਿਗੁਰੂ, ਹਾਏ ਵੀਰ ਅੱਪਾ, ਜਦੋਂ ਬੈਬਤਾਂ ਤੇ ਬੈਬਤਾਂ ਤੇ ਉਤਰਿਆ ਪੁੱਤ ਬੰਦਾ, ਕੀ ਕਾਲ ਅੰਗਿਆਰੀ ਹੈ, ਕਿੱਡਾ ਕਾਲ ਅੰਗਿਆਰੀ ਹੈ, ਜਮੀ ਨਹੀਂ ਕਿਸੇ ਦੀ, ਉਹਨੂੰ ਫਿਕਰ ਹੈਗੀ ਵੀ ਤੂੰ ਤੇਰੀ ਭੂਆ ਦੇ ਘਰੇ ਆਇਆ, ਕਿੱਥੇ ਤਾਂ ਤੂੰ ਇਹਨਾਂ ਨੂੰ ਹਨਾ ਸੁੱਖ ਦਾ ਸਾਹ ਦੇ ਘਰ ਬਸਾ, ਨਾ ਤੂੰ ਜਮੀ ਪੱਟਣ ਲੱਗ ਰਿਹਾ ਇਹਨਾਂ ਨੂੰ। ਬਿਨ ਪੁੱਤੜਾ ਤੂੰ ਭਾਲਦਾ ਕੀ ਹੈ, ਚੁੱਪ ਕਰਕੇ ਖਾ ਲੈ ਬਾਈ, ਕਿ ਇਹਨਾਂ ਖਾਣ ਨੂੰ ਮਿਲ ਗਿਆ ਤੈਨੂੰ, ਖਾਣ ਨੂੰ ਕੀ ਮਿਲ ਗਿਆ, ਰਿਸ਼ਤਾ ਨਹੀਂ ਹੁੰਦਾ ਤੀ, ਜਾਂਦੀ ਵਾਰੀ ਤੀਮੀ ਮਿਲ ਗਈ ਹੈ, ਜਿਹੜੀ ਜ਼ਮੀਨ ਹੈ ਵੇਚ ਪੱਟ ਕੇ ਉੱਥੇ ਜਾਊਗਾ ਭਾਬੀ, ਇਹ ਉਰੇ ਭੋਰਾ ਨਹੀਂ ਇਹਨਾਂ ਨੂੰ ਰੋਟੀ ਦਿੰਦਾ, ਤੂੰ ਦੇਖ ਪੱਟ ਦੇ, ਕੁਛ ਮਰਜ਼ੀ ਕਰੇ, ਆਪਾਂ ਕਿਹੜਾ ਹਟਾਉਂਦੇ ਆ, ਪੰਗੇ ਤਾਂ ਨਾ ਲਵੇ। ਕਿਵੇਂ ਆ ਹੁਣ? ਠੀਕ ਆ। ਲੈ ਮੈਂ ਨਾ ਦੁੱਧ 'ਚ ਹਲਦੀ ਪੱਕ ਲਈ ਸੀਗੀ, ਇਹ ਪੀ ਲੈ ਘੁੱਟ, ਆ ਰੜਕ ਜੀ ਚੁਗੀ ਜਾਊਗੀ। ਬੜਾ ਗਰਮ ਤਾਂ ਨਹੀਂ? ਨਾ ਨਿੱਘਾ ਜਿਹਾ ਹੀ ਹੈ। ਬੀਬੀ ਕਿੱਧਰ ਬਾਗੀ ਦਿਖਦੀ ਨਹੀਂ? ਬੀਬੀ ਨੇ ਕਿੱਧਰ ਜਾਣਾ, ਉੱਧਰ ਗਈ ਹੈ ਰਾਜ ਕੇ ਘਰੇ। ਉੱਧਰ ਕਾਹਤੋਂ ਭੇਜਤੀ, ਜਿਉਂਦੀ ਨਹੀਂ ਆਉਂਦੀ ਉਹ, ਮਗਰ ਪੈ ਜਾਣਗੇ ਸੋਹਣੀਆਂ, ਹੁਣ ਇਕੱਲੀ ਨੂੰ ਕੋਈ ਭੇਜਦਾ? ਕਰਮੇ ਤੂੰ ਤਾਂ ਉਹੀ ਇੰਨਾ ਡਰ ਮਨ 'ਚ ਪਾਲੀ ਬੈਠਾਂਗਾ, ਹੁਣ ਜਾਵਾਂਗੇ ਜੇ ਉਹਨਾਂ ਨੂੰ ਕੁਛ ਕਹਾਂਗੇ ਤਾਂ ਹੀ, ਐਂ ਤਾਂ ਫਿਰ ਉਹ ਸਿੱਧਾ ਹੀ ਮੁੱਕਰ ਜਾਣਗੇ, ਵੀ ਅਸੀਂ ਤਾਂ ਕੁਛ ਕਰਿਆ ਹੀ ਨਹੀਂ ਹੈਗਾ। ਹੁਣ ਦੱਸ ਕੇ ਬੀਬੀ ਉਹਨਾਂ ਨੂੰ ਪਤਾ ਕਹਿ ਕੇ ਕੀ ਕਰੋਗੇ, ਜੇ ਉਹਨਾਂ ਨੇ ਵੜਨ ਸਾਰੀ ਅੰਦਰ ਸਿਰ 'ਚ ਮਾਰੀ ਕਹਾੜੀ ਉਹਦੇ, ਉਹਦੇ ਤਾਂ ਦੋ ਟੋਟੇ ਕਰ ਦੇਣਗੇ, ਮਾਰ ਦੇਣਗੇ ਸੋਹਣੀਆਂ ਨੂੰ, ਹੋ ਨਹੀਂ ਬਚਦੀ। ਮੇਰੀ ਗੱਲ ਸੁਣ ਲੈ, ਮਾਰਨਾ ਕਿਤੇ ਸੌਖਾ ਹੀ ਪਿਆ, ਐਂ ਕਿਵੇਂ ਮਾਰ ਦੇਣਗੇ, ਇਹ ਤਾਂ ਫਿਰ ਉਹਨਾਂ ਨੇ ਖੇਡ ਹੀ ਸਮਝ ਰੱਖੀ ਹੈ, ਮਾਰ ਦੇਣਗੇ, ਹੋਰ ਨਾ ਕਿਤੇ ਤੋਪ ਚਲਾ ਦੇਣ। ਉਹ ਖੇਡ ਤਾਂ ਹੈਗੀ ਆ, ਦੁਸ਼ਮਣ ਖੇਤ ਨੰਗਾ ਨਾਚ ਨੱਚਦੇ ਨੇ ਕਿਰਪਾਨਾਂ ਨਾਲ, ਉਹ ਦਿਨ ਦੂਰ ਨਹੀਂ ਜਿੱਥੇ ਘਰੇ ਆ ਕੇ ਵੀ ਉਹ ਭੰਗੜੇ ਪਾਉਣਗੇ, ਘਰੇ ਆ ਕੇ ਵੀ ਨੱਚਣਗੇ ਉਹ। ਤੂੰ ਤਾਂ ਉਹੀ ਕਮਲੀਆਂ ਮਾਰੀ ਜਾਂਦਾ ਹੈਗਾ, ਐਂ ਕਿਵੇਂ ਨੱਚਣਗੇ, ਸਾਲੇ ਲੱਗਦੇ ਨੇ ਉਹ ਆਪਣੇ ਘਰੇ ਆ ਕੇ ਨੱਚਣਗੇ, ਤੂੰ ਬਾਹਲੀ ਚਿੰਤਾ ਨਾ ਕਰਿਆ ਕਰ, ਮੈਂ ਤੇ ਮਾਂ ਤੇਰੇ ਨਾਲ ਹਾਂ। ਨਾਲ ਤਾਂ ਮੈਂ ਵੀ ਹਾਂ, ਜੇ ਮੈਨੂੰ ਇਸ ਘਰ ਦਾ ਫਿਕਰ ਹੈ, ਇਸ ਘਰ ਬਾਰੇ ਮੈਂ ਮਾੜਾ ਨਹੀਂ ਸੋਚਦਾ, ਤਾਂ ਹੀ ਮੈਂ ਆਪਦਾ ਸਿਰ ਪੜਵਾ ਲਿਆ ਉਹਨਾਂ ਤੋਂ।
ਮੈਂ ਤਾਂ ਆਪਦਾ ਗਲ ਵੀ ਕਟਾ ਦੂੰ। ਗੱਲ ਕੀ, ਇਸ ਘਰ ਦਾ ਮਾੜਾ ਨਹੀਂ ਹੋਣਾ ਚਾਹੀਦਾ। ਜੇ ਬੀਬੀ ਨੂੰ ਕੁਛ ਹੋ ਗਿਆ ਫਿਰ ਕੀ ਕਰਾਂਗੇ ਸੋਹਣੀਆਂ? ਬੇ ਨਹੀਂ ਕੁਛ ਹੁੰਦਾ, ਕਿਉਂ ਤੂੰ ਚਿੰਤਾ ਕਰਦਾ? ਹੁਣ ਤੈਨੂੰ ਕਿੰਨੀ ਕੁ ਵਾਰੀ ਕਹਿਣਾ ਪਊਗਾ? ਜੇ ਆਪਾਂ ਚੁੱਪ ਕਰਕੇ ਬਹਿ ਜਾਂਗੇ ਫਿਰ ਤਾਂ ਸਗੋਂ ਉਹਨਾਂ ਨੂੰ ਸਹਿਦੀ ਮਿਲ ਜੂਗੀ ਵੀ ਇਹ ਤਾਂ ਕੁਛ ਨਹੀਂ ਬੋਲਦੇ, ਜੋ ਮਰਜ਼ੀ ਕਹੀ ਜਾਓ। ਵਧੀਆ, ਹੁਣ ਬੀਬੀ ਗਈ ਹੈ, ਆਪਾਂ ਥਾਣੇ ਚੱਲਾਂਗੇ ਨਾਲੇ। ਮੇਰੀ ਗੱਲ ਸੁਣ, ਬੋਲੀ ਤਾਂ ਚਾਹੇ ਜਿੰਨਾ ਮਰਜ਼ੀ ਜਾਓ, ਜੇ ਅਗਲੇ ਨੇ ਸੰਘੀ ਤੱਪ ਕੇ ਆਪਣੀ ਬੋਲਤੀ ਬੰਦ ਕਰਤੀ ਫਿਰ ਆਪਾਂ ਕੀ ਕਰਾਂਗੇ? ਮੈਨੂੰ ਤਾਂ ਬੜਾ ਡਰ ਲੱਗਦਾ ਸੋਹਣੀਆ, ਤੂੰ ਸਹੁੰ ਲੱਗੇ ਨਾਲ ਜਾਣਾ ਸੀ ਬੀਬੀ ਦੇ। ਕੋਈ ਨਾ, ਮੈਂ ਜਾਣ ਕੇ ਹੀ ਨਹੀਂ ਗਈ ਹੈਗੀ ਵੀ ਬੀਬੀ ਨੂੰ ਇਕੱਲੀ ਨੂੰ ਜਾਣ ਦੇ। ਉਹਨਾਂ ਨੇ ਨਾ ਹਜੇ ਮੇਰੀ ਨਰਵਾਈ ਦੇਖੀ ਹੈਗੀ, ਗੁੱਸਾ ਨਹੀਂ ਦੇਖਿਆ ਹੈਗਾ। ਮੈਨੂੰ ਐਂ ਵੀ ਕਾਹਨੂੰ ਬੋਲਣਾ ਕਾਹਨੂੰ ਬੋਲਣਾ, ਬੀਬੀ ਆਪੇ ਗੱਲ ਕਰ ਲੂਗੀ। ਮੈਂ ਅੱਜ ਵੀ ਤੁਹਾਡੇ ਨਾਲ, ਪਹਿਲਾਂ ਵੀ ਤੁਹਾਡੇ ਨਾਲ ਸੀ, ਅੱਗੇ ਤਾਂ ਵੀ ਤੁਹਾਡੇ ਨਾਲ ਹੀ ਖੜਾ। ਪਰ ਮੈਂ ਤਾਂ ਇੱਕ ਗੱਲ ਕਹਿਣਾ ਸੋਹਣੀਆ, ਆਪਾਂ ਪਿੰਡ ਚੱਲਦੇ ਹਾਂ ਆਪਦੇ, ਨਾਲੇ ਬੀਬੀ ਨੂੰ ਨਾਲ ਲੈ ਚੱਲਦੇ ਹਾਂ। ਇੱਥੇ ਆਪੀ ਦੇਖੀ ਤੂੰ ਸਾਰਾ ਕੁਛ, ਆਪੀ ਸਾਂਭ ਲੂਗਾ ਫੱਫੜ। ਬੇਕੰਮ ਲਿਆ, ਤੂੰ ਐਂ ਕਿਉਂ ਕਰਦਾ ਹੁੰਦਾ ਹੈਗਾ? ਤੀਜੇ ਦਿਨ ਲੱਗ ਜਾਣਾ, ਆਪਾਂ ਪਿੰਡ ਚੱਲਦੇ ਹਾਂ। ਉਹਨਾਂ ਨੂੰ ਤਾਂ ਐਂ ਹੋਊਗਾ ਵੀ ਡਰ ਕੇ ਭਾਗੇ ਇਹ, ਕੀ ਗੱਲ, ਆਪਣਾ ਘਰ ਇਹ, ਆਪਾਂ ਇੰਨੇ ਸਾਲ ਐਵੇਂ ਗੱਲ 'ਤੇ ਇੱਥੇ ਕੀ ਗੱਲ? ਕਰਤਾ ਹੈਗਾ, ਪਰ ਜਦੋਂ ਘਰ ਦੀ ਬਾੜ ਬੰਦੇ ਨੂੰ ਖਾਣ ਲੱਗ ਜੇ ਨਾ ਫਿਰ ਘਰ ਘਰ ਨਹੀਂ ਰਹਿੰਦਾ। ਇਹ ਤਾਂ ਮੈਨੂੰ ਸ਼ਮਸ਼ਾਨ ਲੱਗਣ ਲੱਗ ਗਿਆ, ਹੁਣ ਡਰ ਲੱਗਦਾ ਮੈਨੂੰ। ਮੈਨੂੰ ਤਾਂ ਐਂ ਲੱਗਦਾ ਵੀ ਇੱਥੇ ਸਿਵੇ ਬਣਨਗੇ, ਸਿਵੇ ਬਣਨਗੇ, ਤੇਰਾ ਮੇਰਾ ਬੀਬੀ ਦਾ। ਕਰਮੇ, ਕਿਉਂ ਇੰਨੀ ਚਿੰਤਾ ਕਰਦਾ? ਆਹ ਦਿਮਾਗ 'ਚੋਂ ਗੱਲ ਕੱਢ ਦੇ, ਕੁਛ ਨਹੀਂ ਹੁੰਦਾ ਹੈਗਾ। ਮੇਰੀ ਗੱਲ ਸੁਣ, ਇਹ ਆਪਣਾ ਘਰ ਹੈਗਾ, ਆਪਾਂ ਇਸ ਘਰ ਵਾਸਤੇ ਕੀ ਕੁਛ ਨਹੀਂ ਕਰਿਆ? ਤੂੰ ਵੀ ਤਾਂ ਉਰੇ ਆਏ ਹੈ, ਮੈਂ ਇੰਨੇ ਸਾਲ ਕੱਢਤੇ ਇੱਥੇ, ਕੀ ਗੱਲ ਹੁਣ ਸਰੀਕਾਂ ਨੂੰ ਛੱਡ ਕੇ ਵਗ ਜਾਈਏ ਵੀ ਉਰੇ ਉਹ ਤਾੜੀਆਂ ਪਾਉਣ, ਸਾਲੇ ਲੱਗਦੇ ਨੇ ਉਹ। ਮੇਰੀ ਗੱਲ ਸੁਣ ਲਿਆ ਕਰਮੇ, ਮੈਂ ਇਸ ਘਰ 'ਚ ਨਾ ਵਿਆਹੀ ਆਈ ਸੀ, ਹੁਣ ਇਸ ਘਰ 'ਚ ਮੇਰੀ ਅਰਥੀ ਜਾਊਗੀ, ਨਾਲੇ ਮਾਂ ਨੇ ਸਾਰੀ ਉਮਰ ਇਸ ਘਰ ਵਾਸਤੇ ਗਾਲ ਲਈ। ਉਹ ਤਾਂ ਠੀਕ ਹੈ, ਇੱਥੇ ਰਹਿ ਕੇ ਕਰੋਂਗੀ ਕੀ? ਸਾਰੀ ਜ਼ਮੀਨ ਜਾਇਦਾਦ ਤਾਂ ਫੁੱਫੜ ਨੇ ਉਹਨਾਂ ਦੇ ਨਾਂ ਕਰਾਤੀ, ਮੈਨੂੰ ਕੋਈ ਲਾਲਚ ਨਹੀਂ ਜ਼ਮੀਨ ਦਾ, ਮੇਰੇ ਕੋਲ ਤਾਂ ਆਪਦੀ ਬਥੇਰੀ ਆ, ਮਹਾਰਾਜ ਦੀ ਸਹੁੰ ਮੇਰੇ ਕੋਲ ਤਾਂ ਆਪਦੀ ਬਹੁਤ ਆ। ਮੈਂ ਤਾਂ ਇਹ ਕਹਿਣਾ ਤੁਹਾਡੀ ਜ਼ਿੰਦਗੀ ਨਰਕ ਬਣ ਜੂਗੀ ਜੇ ਕਿਤੇ ਇਹ ਗੱਲ ਹੋ ਗਈ। ਇਹ ਮੈਨੂੰ ਪੱਕਾ ਲੱਗਦਾ ਵੀ ਫੁੱਫੜ ਨੇ ਜ਼ਮੀਨ ਉਹਨਾਂ ਦੇ ਨਾਂ ਕਰਾਈ ਆ, ਤਾਂ ਹੀ ਤਾਂ ਮੇਰਾ ਸਿਰ ਉਹਨਾਂ ਨੇ ਫੜ ਫੜ ਕੇ ਮਾਰਿਆ ਪੈਪ ਨਾਲ। ਬਸ ਕਰ, ਹੁਣ ਉਹੀ ਗੱਲਾਂ ਦੁਬਾਰੇ ਦੁਬਾਰੇ ਕਰੀ ਜਾਂਦਾ। ਮੇਰੀ ਗੱਲ ਸੁਣ, ਪਹਿਲਾਂ ਤੂੰ ਆ ਦੁੱਧ ਦੀ ਘੁੱਟ ਪਰ, ਮਾੜਾ ਸੈੱਟ ਹੋ। ਮੈਨੂੰ ਤਾਂ ਡਰ ਲੱਗੀ ਜਾਂਦਾ ਸੋਹਣੀਆ, ਮੈਨੂੰ ਕਹਿ ਦੇ ਜੇ ਕੋਈ ਗੱਲ ਕਰੀਆ ਤੁਹਾਡੇ ਸਾਰੇ ਟੱਬਰ ਨੂੰ ਮਾਰਾਂਗੇ। ਹੋਰ, ਮਾਰਨਾ ਸੌਖਾ ਹੀ ਪਿਆ, ਉਹੀ ਸ਼ੇਰ ਬਣੇ ਫਿਰਦੇ ਨੇ, ਐਂ ਕਿਵੇਂ ਮਾਰ ਦੇਣਗੇ? ਮੇਰੀ ਇੱਕ ਗੱਲ ਸੁਣ ਕਰਮੇ, ਵੀ ਆਹ ਜਿਹੜੀ ਜ਼ਮੀਨ ਹੈ ਮੇਰੇ ਨਾਂ ਹੋ ਜੂਗੀ? ਹਾਂ ਹੈ, ਜ਼ਮੀਨ ਹੋਣ ਨੂੰ ਕੀ ਆ, ਚਾਹੇ ਬੀਬੀ ਵੀ ਆਪਦੇ ਨਾਂ ਕਰਾ ਲਿਓ, ਉਹਦੇ ਨਾਂ ਵੀ ਹੋ ਜੂ। ਅੱਛਾ, ਹਾਂ ਮੇਰੀ ਗੱਲ ਸੁਣ ਫਿਰ, ਮੈਂ ਬਾਪੂ ਨੂੰ ਕਹਿੰਦੀ ਹੈਗੀ ਵੀ ਦੇਖ ਬਾਪੂ ਜੋ ਮਰਜ਼ੀ ਕਰੀ ਚੱਲ, ਮੈਂ ਤੇਰੀ ਗੱਲ 'ਚ ਜਮ੍ਹਾਂ ਨਹੀਂ ਬੋਲਦੀ, ਮੇਰੀ ਜ਼ਮੀਨ ਮੇਰੇ ਨਾਂ ਕਰਾ ਦੇ, ਬੀਬੀ ਦੀ ਜ਼ਮੀਨ ਬੀਬੀ ਨਾਂ ਕਰਾ ਦੇ, ਜਿਹੜਾ ਰਹਿ ਗਿਆ ਤੇਰਾ ਹਿੱਸਾ ਜੋ ਮਰਜ਼ੀ ਕਰ ਚਾਹੇ ਨਾ ਕਰ, ਸਾਨੂੰ ਨਹੀਂ ਕੁਛ ਵੀ ਚਾਹੀਦਾ। ਮੈਨੂੰ ਤਾਂ ਮੁਸ਼ਕਲ ਲੱਗਦਾ, ਮੁੱਲਾ ਤਾਂ ਫੁੱਫੜ ਆਪਦੇ ਹੱਥ ਬਣਾਈ ਬੈਠਾ, ਬਾਕੀ ਕੋਸ਼ਿਸ਼ ਕਰਕੇ ਦੇਖ ਲਓ, ਜੇ ਬਣਦੀ ਆ ਗੱਲ ਤਾਂ ਠੀਕ ਹੈ, ਨਹੀਂ ਮੈਨੂੰ ਲੱਗਦਾ ਤੁਹਾਨੂੰ ਤਾਂ ਕਿਹੜੇ ਮਰੱਬੇ ਲਈ ਬੈਠਾ ਫੁੱਫੜ।
ਚੱਲ ਕੋਈ ਗੱਲ ਨਹੀਂ, ਬੀਬੀ ਨੂੰ ਆ ਜਾਂਦੇ ਉੱਧਰੋਂ ਗੱਲ ਕਰਕੇ, ਬਾਪੂ ਨਾਲ ਗੱਲ ਕਰੂੰਗੀ। ਜਦੋਂ ਆਪਣੀ ਜ਼ਮੀਨ ਆਪਣੇ ਨਾ ਹੋਈ, ਮਾਂ ਦੀ ਜ਼ਮੀਨ ਮਾਂ ਨਾ ਹੋਈ, ਬਾਪੂ ਕੁਛ ਮਰਜ਼ੀ ਕਰੀ ਜਾਵੇ, ਆਪਾਂ ਬਾਪੂ ਤੋਂ ਕੀ ਲੈਣਾ ਗਾ। ਬਥੇਰਾ ਪਿਆਰ ਨਾਲ ਕਹਿ ਕੇ ਦੇਖ ਲੈ ਬਾਪੂ, ਹੁਣ ਜਦੋਂ ਮੰਨਦਾ ਹੀ ਨਹੀਂ ਹੈਗਾ, ਕੁਛ ਨਾ ਕੁਛ ਤਾਂ ਕਰਨਾ ਹੀ ਪਊਗਾ। ਕਿੰਨਾ ਕੁ ਚਿਰ ਇਹਨਾਂ ਦੇ ਹੱਥਾਂ ਕੰਨੀ ਝਾਕਾਂਗੇ। ਬੀਬੀ ਨਾਲ ਗੱਲ ਤਾਂ ਕਰੇਗੀ ਨਾ, ਜੇ ਉਹ ਉੱਧਰੋਂ ਆਊਗੀ, ਮੈਨੂੰ ਲੱਗਦਾ ਆਉਂਦੀ ਨਹੀਂ। ਜਾਂ ਤੂੰ ਬੁਲਾ ਕੇ ਲੈ ਕੇ ਆ। ਮੈਂ ਆਵਾਜ਼ ਮਾਰਦੀ ਆ ਬੀਬੀ ਨੂੰ, ਮੇਰੀ ਗੱਲ ਸੁਣ, ਤੂੰ ਆ ਦੁੱਧ ਦੀ ਘੁੱਟ ਭਰ ਲੈ, ਮੈਂ ਨਾ ਤੇਰੇ ਵਾਸਤੇ ਦਲੀਆ ਧਰਿਆ, ਚੰਗਾ ਉਹ ਲਿਆਉਣੀ ਆ, ਫਿਰ ਦੇਖ ਕੇ ਆਵਾਂ ਨਾਲੇ ਬਣ ਗਿਆ। ਚੰਗਾ ਹਾਂ, ਆ ਪੀ ਲੈ ਤੂੰ, ਪੀ ਕੇ ਪੈ ਜਾ, ਫਿਰ ਮੈਂ ਦੇਖਦੀ ਆ ਬੀਬੀ ਨੂੰ। ਨਹੀਂ, ਮੇਰੀ ਢੂਹੀ ਆਕੜੀ ਪਈ ਆ, ਮੈਂ ਬੈਠੂੰਗਾ 10 ਮਿੰਟ। ਚੱਲ ਚੰਗਾ, 2 ਮਿੰਟ ਬਹਿ ਜਾ, ਫਿਰ ਮੈਂ ਮਾੜੀ ਜਿਹੀ ਕੜਸੀ ਮਾਰ ਆਵਾਂ ਦਲੀਏ 'ਚ। ਕਰਮੇ ਦੇ ਪੱਥੇ 'ਚੋਂ ਦੂਜਾ ਤੀਰ, ਇੱਕ ਤੀਰ ਪਹਿਲਾਂ, ਇਹ ਦੂਜਾ। ਜੇ ਦੂਜੇ ਤੀਰ ਨੇ ਵੀ ਕੰਮ ਨਾ ਕਰਿਆ ਤਾਂ ਫਿਰ ਤੀਜਾ। ਜੇ ਇਹ ਲੇਲੜੀਆਂ ਨਾ ਕੱਢ ਕੇ ਸਾਡੇ ਘਰ ਆਏ, ਮੇਰੇ ਪੈਰਾਂ ਦੇ ਵਿੱਚ ਡਿੱਗੇ, ਤਾਂ ਮੈਨੂੰ ਕਰਮਾ ਕਿਹਨੇ ਕਹਿਣਾ। ਕਰਮਾ ਤਾਂ ਬਾਲਾ ਬਾਲਾ ਕੱਬਾ ਸੁਭਾਅ ਚੱਕੀ ਫਿਰਦਾ। ਲੈ ਸਿਆਪਾ, ਹੁਣ ਮੈਨੂੰ ਤਾਂ ਚਿੰਤਾ ਹੋਈ ਪਈ ਆ, ਆ ਨਵਾਂ ਜੱਬ ਖੜਾ ਕਰਤਾ ਤਾਈ ਨੇ, ਨਾ ਇਹ ਪਤਾ ਨਹੀਂ ਕਿੱਧਰ ਨਿਕਲਿਆ ਵੀ ਘਰੇ ਆ ਜੇ, ਆ ਕੇ ਉਹੀ ਗੱਲ ਹੈ, ਮਾੜੀ ਮੋਟੀ ਕੋਈ ਗੱਲ ਤਾਂ ਸੁਣ ਲਿਆ ਕਰੋ। ਕੀ ਹੋ ਗਿਆ? ਮਾੜਾ ਮੋਟਾ ਘਰੇ ਵੀ ਧਿਆਨ ਰੱਖ ਲਿਆ ਕਰੋ, ਸ਼ੁਕਰ ਆ ਤੁਸੀਂ ਆ ਗਏ। ਕਿਉਂ? ਜਿਹੜੀ ਗੱਲ ਦਾ ਡਰ ਸੀ ਆਖਰ ਉਹੀ ਹੋ ਗਈ। ਕੀ ਗੱਲ ਹੋ ਗਈ? ਉਹ ਤਾਈ ਦੇਖ ਲੈ, ਤਾਈ ਕਹਿੰਦੀ ਆ ਕਿ ਤੁਸੀਂ ਪਟਕਾ ਪਟਕਾ ਮਾਰਿਆ ਉਹਨੂੰ ਪੈਪ ਨਾਲ। ਉਹ ਕਿਹੜਾ ਕੰਜਰ ਕਹਿੰਦਾ ਯਾਰ ਅਸੀਂ ਮਾਰਿਆ ਪਟਕਾ ਪਟਕਾ ਕੇ? ਕਿਹੜਾ ਕੰਜਰ ਕੀ, ਉਹ ਸਾਰੇ ਕਹੀ ਜਾਂਦੇ ਆ, ਉਹਨੇ ਕਹੀ ਤਾਂ ਕਰਮੇ ਨੇ, ਅਖੇ ਮੈਨੂੰ ਤਾਂ ਦੋਵਾਂ ਭਰਾਵਾਂ ਨੇ ਕੁੱਟਿਆ। ਤਾਈ ਨੇ ਪਤਾ ਹਰਜੀਤ ਦੇ ਵਿਚਾਰੇ ਦੇ ਆ ਕੇ ਗਿੱਛੀ 'ਚ ਇਹੋ ਜਿਹਾ ਮਾਰਿਆ, ਜਵਾਕ ਨੂੰ 2 ਲੋਟਣੀਆਂ ਖਵਾਤੀਆਂ। ਕਿਉਂ, ਕੀ ਗੱਲ? ਤਾਈ ਕਾਹਦੇ ਵਾਸਤੇ ਮਾਰਦੀ ਹੈ ਜਵਾਕ ਦੇ? ਉਹ ਕਹਿੰਦੀ ਮੇਰੇ ਭਤੀਜੇ ਨੂੰ ਤੁਸੀਂ ਮਾਰਿਆ ਗਾ, ਮੈਂ ਤੁਹਾਨੂੰ ਪਹਿਲਾਂ ਕਹੀ ਜਾਂਦੀ ਸੀ, ਮਖਾਂ ਉਹ ਇਲਜ਼ਾਮ ਤੁਹਾਡੇ 'ਤੇ ਲਾਊਗਾ, ਉਹੀ ਗੱਲ ਮੂਹਰੇ ਆ ਗਈ, ਤੁਸੀਂ ਰਹਿਣ ਦਿਆ ਕਰੋ, ਰਹਿਣ ਦਿਆ ਕਰੋ। ਮੇਰੀ ਗੱਲ ਸੁਣ ਲੈ, ਉਹਦਾ ਕਾਲਵਾਜਾ ਮਾਰਦਾ ਹੈਗਾ, ਉਹਦੇ 76 ਪੈਣ ਵਾਲੇ ਨੇ, ਪਹਿਲਾਂ ਤਾਂ ਅਸੀਂ ਉਹਨੂੰ ਕੁੱਟਿਆ ਨਹੀਂ, ਹੁਣ ਝੰਬਾਂਗੇ ਉਹਨੂੰ ਅਸੀਂ ਫੜ ਕੇ। ਉਹ ਬਸ ਰਹਿਣ ਦਿਓ, ਇਹੋ ਜਿਹੀਆਂ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣੀ ਹੈਗੀ, ਮੇਰੀ ਗੱਲ ਸੁਣੋ, ਇੱਕ ਅੱਧਾ ਦਿਨ ਕਿਸੇ ਪਾਸੇ ਟਲ ਜਾਓ, ਚੱਕ ਕੇ ਗੱਡੀ ਪਿੰਡ ਵਗ ਜਾਓ, ਨਾਲੇ ਹਰਜੀਤ ਨੂੰ ਲੈ ਜਾ ਚੜਾ ਕੇ, ਦੋਵੇਂ ਭਰਾ ਵਗ ਜਾਓ, ਇੰਨੇ ਬਾਪੂ ਵਰਗੇ ਗੱਲ ਕਰ ਲੈਣਗੇ, ਆਪਾਂ ਤਾਈ ਦੀ ਕਰਤੂਤ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਤਾਈ ਹੁਣ ਥਾਣੇ ਜਾਊਗੀ। ਉਹ ਜਿੱਥੇ ਮਰਜ਼ੀ ਵਗ ਜੇ, ਥਾਣੇ ਵਗ ਜੇ, ਚਾਹੇ ਕਚਹਿਰੀ ਵਗ ਜੇ, ਅਸੀਂ ਜਦੋਂ ਕੁਛ ਕੀਤਾ ਹੀ ਨਹੀਂ ਹੈਗਾ, ਐਵੇਂ ਲੁਕਦੇ ਫਿਰੀਏ ਅਸੀਂ ਦੁਨੀਆ ਤੋਂ। ਉਹ ਅਸੀਂ ਜਾਣਦੇ ਹਾਂ ਵੀ ਤੁਸੀਂ ਕੁਛ ਕੀਤਾ ਨਹੀਂ, ਜਾਂ ਤੁਸੀਂ ਜਾਣਦੇ ਹੋ ਵੀ ਤੁਸੀਂ ਕੁਛ ਕੀਤਾ ਨਹੀਂ, ਜਾਂ ਉਹ ਕੰਜਰ ਜਾਣਦਾ ਕਾਲੇ ਮੂੰਹ ਵਾਲਾ, ਪਰ ਪੁਲਿਸ ਨਹੀਂ ਜਾਣਦੀ, ਪੁਲਿਸ ਤਾਂ ਕੇਰਾਂ ਥੱਪੜ ਘੋਲ ਕਰਦੀ ਹੁੰਦੀ ਹੈਗੀ, ਜੇ ਕੋਈ ਬੰਦਾ ਵਗ ਜੇ ਵੀ ਭਾਈ ਸਿਰ ਪਾੜਤਾ ਕਿਸੇ ਦਾ, ਮੇਰੀ ਗੱਲ ਸੁਣ ਲਓ, ਹਜੇ ਵੀ ਕੁਛ ਨਹੀਂ ਹੋਇਆ, ਜਦੋਂ ਗੱਲ ਠੰਡੀ ਪਈ ਜੂ 1-2 ਦਿਨਾਂ ਨੂੰ ਆ ਜਿਓ, ਜੇ ਐਵੇਂ ਤੁਹਾਨੂੰ ਪੁਲਿਸ ਚੱਕ ਕੇ ਲੈ ਗਈ ਫਿਰ ਨਾਲੇ ਤਾਂ ਪਿੰਡ 'ਚ ਬੇਇੱਜ਼ਤੀ ਹੈ, ਅੱਧੇ ਕਹਿਣਗੇ ਕੀਤਾ ਹੋਊ, ਅੱਧੇ ਕਹਿਣਗੇ ਨਹੀਂ ਕੀਤਾ, ਲੋਕ ਤੇਰੇ ਮੂੰਹ 'ਤੇ ਤੇਰੇ ਆ ਅਤੇ ਮੇਰੇ ਮੂੰਹ 'ਤੇ ਮੇਰੇ ਨੇ। ਉਹ ਪੁਲਿਸ ਦੇ ਕੇਸਾਂ ਤੋਂ ਕੌਣ ਡਰਦਾ ਯਾਰ, ਫਿਰ ਕੇਸ ਬੰਦਿਆਂ ਦੀ ਪੈਂਦੇ ਹੁੰਦੇ ਨੇ, ਜੇ ਪੈ ਜੂ ਪੈ ਜਾਣਦੇ, ਪਰ ਉਹਨੂੰ ਇੱਕ ਵਾਰੀ ਤਾਂ ਚੋਪੜਾਂਗੇ ਅਸੀਂ ਫਿਰ ਹੁਣ। ਉਹ ਚੁੱਪ ਕਰ ਜਾਓ, ਅਖੇ ਚੋਪੜਾਂਗੇ, ਮਾਂ ਨੂੰ ਮਾਰਨਾ, ਉਹਦਾ ਬਲੱਡ ਵਧਿਆ ਪਿਆ ਗਾ, ਹੁਣ ਡਾਕਟਰ ਸੱਦ ਕੇ ਟੀਕੇ ਲਵਾਏ ਨੇ, ਇੱਕ ਬਾਪੂ ਪਤਾ ਨਹੀਂ ਕਿੱਧਰ ਨੂੰ ਗਿਆ, ਨਾ ਤਾਂ ਫੋਨ ਚੱਕਦਾ ਗਾ, ਨਾ ਤੁਸੀਂ ਫੋਨ ਚੱਕਦੇ ਆ, ਠੀਕਰੇ ਅੱਗ ਲਾ ਰੱਖੇ ਨੇ, ਜੇਬਾਂ 'ਚ ਪਾ ਰੱਖੇ ਨੇ, ਇਹਨਾਂ ਨੂੰ ਚੱਕ ਤਾਂ ਲਿਆ ਕਰੋ ਮੌਕੇ 'ਤੇ। ਉਹ ਫਿਰ ਡਰ ਕੇ ਹੁਣ ਤਾਈ ਵਰਗਿਆਂ ਤੋਂ ਕਿੰਨਾ ਕੁ ਚਿਰ ਅਸੀਂ ਘਰੇ ਲੁਕੇ ਰਹਾਂਗੇ, ਇਹ ਤਾਂ ਬਿਨਾਂ ਮਤਲਬ ਦੀਆਂ ਗੱਲਾਂ ਹੋ ਗਈਆਂ ਯਾਰ। ਡਰਦਾ ਕੋਈ ਨਹੀਂ ਹੈਗਾ, ਜੇ ਬਾਪੂ ਆ ਜੇ, ਬਾਪੂ ਜਾ ਕੇ ਕਹਿ ਕੇ ਆਊਗਾ ਥਾਣੇ 'ਚ, ਪਹਿਲਾਂ ਆਪ ਦੇ ਦਿਓ ਦਰਖਾਸਤ ਵੀ ਭਾਈ ਸਾਨੂੰ ਰੋਜ਼ ਦਾ ਆਹ ਕੰਜਰਖਾਨੇ 'ਚ ਫਸਾਉਂਦੇ ਨੇ, ਵੀ ਸਾਡਾ ਭਾਈ ਕੋਈ ਕਸੂਰ ਨਹੀਂ ਹੈਗਾ, ਮੈਂ ਤਾਂ ਹੀ ਤੁਹਾਨੂੰ ਕਹਿਣੀ ਆ ਵੀ ਤੁਸੀਂ ਟਲ ਜਾਓ, ਬਾਪੂ ਆਪੀ ਗੱਲ ਸਾਂਭਲੂਗਾ। ਇਨਸਾਨੀਅਤ ਦਾ ਟਾਈਮ ਹੀ ਨਹੀਂ ਹੈਗਾ, ਇੱਕ ਤਾਂ ਮਰੇ ਪਏ ਨੂੰ ਘਰੇ ਚੱਕ ਕੇ ਲਿਆਂਦਾ, ਦੂਜਾ ਉਹੀ ਗੱਲ, ਇਲਜ਼ਾਮ ਆਪਦੇ ਸਿਰ ਤੇ ਲਵਾ ਲਓ। ਫਿਰ ਕਹਿਣੇ ਤਾਂ ਹੈਗੇ ਆ, ਕੋਈ ਸਮਾਂ ਨਹੀਂ ਅੱਜ ਕੱਲ੍ਹ,
ਅੱਜ ਕੱਲ ਜਿਹਦਾ ਚੰਗਾ ਕਰੋਗੇ ਉਹੀ ਜੜਾਂ ਵੱਢੂਗਾ। ਮੈਂ ਤਾਂ ਫਿਰ ਦੁਨੀਆ ਨੂੰ ਗਾਹਾਂ ਨੂੰ ਇਹੀ ਕਿਹਾ ਕਰੂੰ, ਜੇ ਕੋਈ ਮਰਦਾ ਨਾ ਉਹਦੇ ਜ਼ਹਿਰ ਪਾ ਦਿਓ ਮੂੰਹ 'ਚ ਮੇਰੇ ਸਾਲੇ ਦੇ। ਕੀ ਕਹੀਏ, ਕਦੇ ਨਹੀਂ ਇਹ ਹਰਖੇ ਸੀ ਤਾਈ, ਤੇਰੇ ਵਾਸਤੇ ਚੰਗੀ ਨਹੀਂ ਗੱਲ। ਕੋਈ ਨਾ, ਰੱਬ ਨੇ ਵੀ ਤੈਨੂੰ ਮਾਫ਼ ਨਹੀਂ ਕਰਨਾ, ਸਾਡੇ ਘਰ 'ਚ ਵੀ ਤੈਂ ਵਿਗਾੜ ਪਾਤਾ ਉਹਨੂੰ ਲਿਆ ਕੇ, ਵਿਹੜਾ ਬੈਠੇ ਵਾਲਿਆ ਮੈਂ ਤਾਂ ਕਹਿਣੀ ਹਾਂ ਤੇਰਾ ਸੱਚਮੁੱਚ ਸਿਰ ਪਾਟ ਜੇ, ਕੰਜਰਾ ਤਾਂ ਸਾਡਿਆਂ 'ਤੇ ਵੀ ਇਲਜ਼ਾਮ ਲਾ ਤੇ ਬਿਣ ਮਤ ਬਲੇ। ਦੇਖ ਲੈ ਬਾਈ ਕਿੰਨਾ ਕੁ ਚਿਰ ਚੁੱਪ ਵੱਟਾਂਗੇ, ਜਮੀ ਲੋਹੜੀ ਲੈਣ ਆ ਗਿਆ, ਹੁਣ ਤਾਂ ਘਰੇ ਆ ਕੇ ਮੁੰਡੇ ਦੀ ਗਰਦਨ ਨੂੰ ਹੱਥ ਪਾਉਂਦੀ ਹੈ, ਇਹੀ ਤਾਂ ਕੀ ਤਵਾਰਿਆ, ਕੱਲ੍ਹ ਨੂੰ ਕੀ ਕਹੂਗੀ, ਉੱਧਰੋਂ ਇਹ ਗੁੱਸੇ 'ਚ ਆ ਕੇ ਕਹਿੰਦਾ ਜਿਹੜਾ ਕੁਛ ਸਾਡੇ ਤੋਂ ਬਣੂਗਾ ਅਸੀਂ ਕਰਾਂਗੇ, ਮਸਾਂ ਇਹ ਟਕਾਇਆ ਜਵਾਕ। ਓਏ ਹੋਰ ਭਾਈ ਜਵਾਕ ਕੀ ਕਰਨ, ਇਹ ਤਾਂ ਬਥੇਰਾ ਬਿਲਕਿਆ ਸੀ ਉਹਦੇ ਰਾਜ ਨੂੰ, ਕਹਿੰਦਾ ਨਾ ਚੱਕ ਨਾ ਚੱਕ, ਉਹ ਨਹੀਂ ਹਟਿਆ, ਇਹਦੇ ਗੱਲ ਸਾਰੀ ਉਲਟ ਪੈ ਗਈ। ਵੇ ਭਾਈ ਇਹਨਾਂ ਨੇ ਤਾਂ ਚੰਗਾ ਸੋਚਿਆ ਸੀ, ਇਹਨਾਂ ਨੂੰ ਕੀ ਪਤਾ ਨਹੀਂ ਵੀ ਸਾਡੇ ਸਿਰ ਨੂੰ ਆਉਣਗੇ। ਬਾਈ ਦੇਖ ਮੈਂ ਤਾਂ ਤੈਨੂੰ ਇੱਕ ਗੱਲ ਕਹਿੰਦੀ ਹਾਂ ਵੀ ਹੁਣ ਆਪਣੇ ਪਾਣੀ ਜਮਾਂ ਸਿਰ ਉੱਤੋਂ ਦੀ ਲੰਘ ਗਿਆ, ਉਹ ਤਾਂ ਭੂਆ ਪਤੀ ਜਾਏ ਨਹੀਂ ਪਤਾ ਕੀ ਤਾਂ ਕਰਨਗੇ, ਕੀ ਕਿਸੇ ਨੂੰ ਕਹਿਣਗੇ, ਇਦੂ ਪਹਿਲਾਂ ਉਹ ਥਾਣੇ ਦੁਆਰਿਆਂ 'ਚ ਜਾਣ, ਜਾ ਕੇ ਸਰਪੰਚ ਦੇ ਤਲਾਹ ਦਿਆ, ਜਿਵੇਂ ਸਰਪੰਚ ਤੁਹਾਨੂੰ ਕਹੂਗਾ ਉਸੇ ਹਿਸਾਬ ਨਾਲ ਆਪਦੀ ਕਾਰਵਾਈ ਕਰ ਲਿਓ। ਉਹ ਭਾਈ ਐਂ ਕਰਨਾ ਪਊ, ਕਿਰਾਂ ਬਾਈ ਨੂੰ ਤਾਂ ਕਹਿਦਾ ਮੈਂ ਜਾ ਕੇ। ਓਹੋ ਬਾਈ, ਬਾਈ ਨੂੰ ਕੀ ਕਹੇਗਾ, ਬਾਈ ਦੀ ਕਿਹੜਾ ਘਰੇ ਪੁੱਗਦੀ ਆ, ਜਾਂ ਉਹਦੀ ਕੋਈ ਸੁਣਦਾ, ਬਾਈ ਕਿਤੇ ਨਹੀਂ ਗਿਆ, ਬਾਈ ਆਪਣੇ ਕੋਲ ਹੀ ਹੈ, ਬਾਈ ਨਾਲ ਗੱਲਬਾਤ ਆਪਾਂ ਬਾਅਦ 'ਚ ਕਰ ਲਾਂਗੇ। ਚੱਲ ਕੋਈ ਨਹੀਂ ਭਾਈ, ਮੈਂ ਸਰਪੰਚ ਨੂੰ ਤਲਾਹ ਕਰ ਆਊਂਗਾ, ਕਿਰਾਂ ਚੱਲ ਗੱਲ ਠੰਡੀ ਪਾਈ। ਭਾਪੀ ਤੂੰ ਕਾਹਤੋਂ ਆ ਗਈ, ਮਸਾਂ ਦਾ ਤੇਰੇ ਟੀਕੇ ਲਵਾ ਕੇ ਤੈਨੂੰ ਅੰਦਰ ਪਾਇਆ ਸੀਗਾ। ਨਹੀਂ ਕਿਧਰੇ ਨਹੀਂ, ਮੇਰੀ ਜਾਨ ਨਿਕਲਦੀ ਹੈਗੀ, ਮੈਂ ਇੱਥੋਂ ਨਹੀਂ ਟਿਕਿਆ ਜਾਂਦਾ ਕਿਤੇ ਵੀ। ਲੈ ਤੈਨੂੰ ਬਲੱਡ ਵਧਾਉਣ ਦੀ ਕੀ ਲੋੜ ਹੋਊਗੀ, ਆਪਾਂ ਨੇ ਗੁਨਾਹ ਕੀਤਾ ਕੋਈ? ਵੇ ਆਪਾਂ ਤਾਂ ਗੁਨਾਹ ਨਹੀਂ ਕੀਤਾ, ਲੋਕਾਂ ਦਾ ਕੀ ਕਰੀਏ, ਕੰਜਰ ਘਰੇ ਆ ਡਾਉਂਦੇ ਨੇ, ਹੁਣ ਕਿਹੜੇ ਖੂਹ 'ਚ ਡਿੱਗੀਏ, ਕਿੱਥੇ ਲੁਕੀਏ, ਐਂ ਦੱਸ ਮੈਨੂੰ। ਬਾਪੂ ਆਹ ਦੇਖ ਲੈ, ਉਹ ਤਾਈ ਕਹਿੰਦੀ ਆ ਕਿ ਤੁਸੀਂ ਮਾਰਿਆ ਇਹਦੇ, ਉਹੀ ਗੱਲ ਆ ਬਾਪੂ। ਓਏ ਹਰਜੀਤ ਖੜਾ ਹੋ, ਆ ਜਾ ਉਹਨੂੰ ਦੇ ਕੇ ਇਤਨੇ ਸੜੀ। ਵੇ ਪੁੱਤ ਖੜ ਜਾ, ਟਿਕ ਜੋ ਟਿਕ ਜੋ, ਮੇਰਾ ਪੁੱਤ ਹੱਥ ਬੰਨਾ। ਓਏ ਤੇਥੋਂ ਕਿਹੜਾ ਸਰਿਆ ਨਹੀਂ, ਉਦੋਂ ਜਦੋਂ ਹਸਪਤਾਲ 'ਚ ਲੈ ਕੇ ਗਏ ਸੀ ਲਵਾਉਣ ਦੇ ਡਾਕਟਰ ਤੋਂ ਟੀਕਾ, ਮਰ ਜਾਂਦਾ ਪਰ। ਓਏ ਉਹ ਤਾਂ ਬੋਲੇ ਹੀ ਨਹੀਂ ਕੁਛ, ਉਹ ਤਾਂ ਬੋਲੇ ਹੀ ਨਹੀਂ, ਜਾਨ ਨੂੰ ਦੱਸਿਆ ਆਪਾਂ ਬਾਅਦ 'ਚ ਪਿਆ ਆ ਕੇ। ਉਹ ਤਾਂ ਸਾਲਾ ਗੂੰਗਾ ਬਣ ਗਿਆ, ਗੂੰਗਾ ਬਣ ਗਿਆ, ਫਿਰ ਸਿਰ ਦਾ ਆਪਰੇਸ਼ਨ ਕਰਾਉਣ ਦੇ, ਕਢਾਉਣ ਦੇ, ਖੜੋਪੜੀ ਇੱਕ ਪਾਸੋਂ ਕਰਨ ਦੇ, ਬਿੰਗਾ ਸਿਰਾ। ਓਏ ਆਪਾਂ ਨੂੰ ਕੀ ਪਤਾ ਸੀ ਐਂ ਕਰੂਗਾ, ਜਮੀਨ ਤੁਰਦੇ ਨਾਲ ਜੇ ਹੈ ਪਤਾ ਹੁੰਦਾ, ਕੀ ਪਤਾ ਹੁੰਦਾ ਕਿਸੇ ਦੇ ਮਨ ਦਾ ਵੀ ਕੀ। ਹੁਣ ਕਿਹੜਾ ਫਿਰ ਬਿੱਲੀ ਛਿੱਕ ਗਈ, ਆ ਜਾ ਹੋ ਜਾ ਖੜਾ, ਮੰਨ ਲੈ ਮੇਰੀ ਗੱਲ, ਮੈਂ ਤਾਂ ਆਪਾਂ ਨੂੰ ਦੇਖੀ ਜਾਊਗਾ, ਮੋਟਾ ਕੀ ਹੋ ਜਾਏਗਾ, ਬਾਪੂ ਬਾਗ ਜਾਣ ਤੇ ਮਾਰ ਦੇਣ ਤੇ ਸਾਨੂੰ। ਨਹੀਂ ਪੁੱਤ, ਥੱਪੜ ਮਾਰੂੰਗੀ, ਉਹੀ ਬੋਲੀ ਜਾਂਦਾ ਹੈਗਾ, ਐਡੇ ਐਡੇ ਐਂ ਕੀਤਾ ਸੋਨੂੰ ਵੀ ਜਿਹੜਾ ਚ ਫਸਾ ਦਿਆਂ ਹੁਣ ਮੈਂ, ਹੈ ਸ਼ਰਮ ਨਹੀਂ ਮੰਨਦੇ ਹੈਗੇ, ਗੱਲ ਸੁਣਦੇ ਨਹੀਂ, ਵਾਸਤਾ ਨਹੀਂ, ਉਈਂ ਭੜਕ ਉੱਠਣਗੇ ਸਾਰਿਆਂ ਨੇ, ਉਹਨਾਂ ਵਰਗੇ ਬਣਨਾ ਹੈ। ਫਿਰ ਬਣੇ ਤਾਂ ਪਏ ਆ, ਕਸਰ ਗਿਰੇਗੀ, ਸਿਰ ਤਾਂ ਆਪਣੇ ਤਾਂ ਵੀ ਲੱਗ ਗਿਆ ਮਾਂ, ਕੋਈ ਇੱਕ ਜਣਾ ਜੇਲ੍ਹ 'ਚ ਰੋਟੀਆਂ ਖਾਣੀਆਂ, ਇੱਥੇ ਵੀ ਖਾਣੀਆਂ, ਉੱਥੇ ਵੀ ਖਾਣੀਆਂ। ਚੁੱਪ ਕਰ ਜਾ ਹਰਜੀਤ, ਇਹੋ ਜਿਹੀਆਂ ਗੱਲਾਂ ਨਾ ਕਰ, ਮੈਂ ਤੈਨੂੰ ਫੇਰ ਕਹਿੰਦੀ ਮੈਂ ਦੋ ਮਾਰੂੰ ਤੇਰੇ ਥਾਪੜੇ, ਹੈਂ ਕਰ ਜਾ ਚੁੱਪ ਤੂੰ, ਜਦੋਂ ਤੈਨੂੰ ਮੈਂ ਆਖੀ ਜਾਂਦੇ ਹਾਂ ਅਸੀਂ ਵੱਡੇ ਬੈਠੇ ਹਾਂ ਕੋਈ ਹੱਲ ਕਰਦੇ ਹਾਂ ਭਾਈ, ਸਰਪੰਚ ਨੂੰ ਤਲਾਹ ਦਿੰਦੇ ਹਾਂ, ਜਾ ਕੇ ਥਾਣੇ 'ਚ ਲਿਖਿਆ ਕੇ ਦੇ ਆਵਾਂਗੇ, ਹੈ ਵੀ ਸਾਡੇ ਨਾਲ ਭਾਈ ਐਂ ਕਰਦੇ ਨੇ, ਜੇ ਇਹਨਾਂ ਨੂੰ ਕੋਈ ਹੀਮ ਕੀਮ ਹੁੰਦੀ ਹੈ, ਇਹਨੇ ਆਪਦੀ ਜਾਨ ਦੇ ਆਪ ਜ਼ਿੰਮੇਵਾਰ ਨੇ, ਸਾਡਾ ਕੋਈ ਨਾ ਉਹਨਾਂ ਲੱਗੇ। ਇਹ ਤਾਂ ਰੋਜ਼ ਦਾ ਕੰਮ ਹੋ ਗਿਆ, ਚਾਹੇ ਆਪਾਂ ਸਰਪੰਚ ਨੂੰ ਦੱਸੀਏ, ਚਾਹੇ ਦੱਸੀਏ ਪੁਲਿਸ ਨੂੰ, ਇਹਨਾਂ ਨੇ ਤਾਂ ਆਪਣੀ ਜਾਨ ਨੂੰ ਕੋਈ ਨਾ ਕੋਈ ਸਿਆਪਾ ਰੋਜ਼ ਹੀ ਰੱਖਣਾ, ਇਹ ਕੰਮ ਹੀ ਚਲਾ ਲਿਆ ਇਹਨਾਂ ਨੇ ਤਾਂ। ਮੇਰੀ ਗੱਲ ਸੁਣ ਲਓ ਬਾਪੂ ਜੀ, ਇਹਨਾਂ ਨੂੰ ਮੈਂ ਇਹ ਗੱਲ ਆਖੀ ਆ, ਮੈਂ ਕਿਹਾ ਤੁਸੀਂ ਦੋਵੇਂ ਭਰਾ ਟਲ ਜਾਓ, ਪਿੰਡ ਵਗ ਜਾਓ, ਐਵੇਂ ਕੀ ਪਤਾ ਹੁੰਦਾ ਗਾ ਉਹ ਲੈ ਜੇ ਚੜਾ ਕੇ ਉਹਨੂੰ, ਤੇ ਉੱਥੇ ਥਾਣੇ 'ਚ ਵਗ ਜਾਣ, ਜੇ ਪੁਲਿਸ ਆ ਗਈ ਤੁਹਾਡੀ ਬੇਇੱਜ਼ਤੀ ਹੋ ਜਾਊਗੀ। ਉਹ ਯਾਰ ਪੁਲਿਸ ਆ ਗਈ, ਪੁਲਿਸ ਆ ਗਈ, ਉਹੀ ਭਕਾਈ ਮਾਰੀ ਨਾ, ਤਿੰਨ ਮਾਰੂ ਮੈਂ ਤੇਰੇ ਲੱਭਣੇ ਉੱਤੇ, ਜਾ ਵਗ ਅੰਦਰ। ਗੱਲ ਥੋੜੀ ਮੁੰਡਿਆ, ਸਹੀ ਕਹਿੰਦੀ ਆ ਕੁੜੀ ਉਹ, ਭਾਈ ਟਲਣ 'ਚ ਫਾਇਦਾ, ਪੁਲਿਸ ਨੂੰ ਤਾਂ ਨਹੀਂ ਪਤਾ ਕਿਹਦਾ ਖੋਟਾ ਹੈ। ਨਾ ਬਾਪੂ ਫਿਰ ਕਿੰਨਾ ਟਾਈਮ ਟਲਾਂਗੇ, ਉਹ ਤਾਂ ਕਸੂਰਵਾਰ ਬਣ ਜਾਗੇ ਵੀ, ਜਾ ਕੇ ਥਾਣੇ 'ਚ ਪੈ ਜਾਓਗੇ ਫਿਰ ਵੀ ਕਸੂਰਵਾਰ ਬਣੋਗੇ, ਘਰਦਿਆਂ ਦੀ ਤਾਂ ਗੱਲ ਸੁਣ ਲਓ, ਸਾਨੂੰ ਪਤਾ ਵੀ ਤੁਸੀਂ ਬੇਕਸੂਰੇ ਹੋਗੇ, ਪਰ ਪੁਲਿਸ ਨੂੰ ਤੇ ਲੋਕਾਂ ਨੂੰ ਨਹੀਂ ਪਤਾ, ਚਾਰ ਤੁਹਾਨੂੰ ਮਾੜੇ ਕਹਿਣਗੇ, ਚਾਰ ਉਹਨਾਂ ਨੂੰ ਕਹਿਣਗੇ, ਇਹ ਤਾਂ ਗੱਲ ਮੰਨਦੇ ਹੋ ਭੂਆ ਜੀ? ਭਾਬੀ ਐਂ ਨਹੀਂ ਬਹਿੰਦੇ ਅਸੀਂ, ਜੇ ਬੈਠਾਂਗੇ ਥਾਣੇ ਦਾ ਸਾਰਾ ਟੱਬਰ ਨੂੰ ਮਾਰ ਕੇ ਬੈਠਾਂਗੇ। ਵੇ ਫਿਰ ਕੀ ਕੱਟ ਲਓਗੇ, ਮਾਰ ਕੇ ਇਹੀ ਹਰਜੀਤ ਵੀ ਇਹ ਉੱਜੜਦਾ। ਹਰਜੀਤ ਮੇਰੀ ਗੱਲ ਸੁਣ ਲਓ ਭਾਈ, ਟਲ ਜਾਓ,
ਜੇ ਤੁਸੀਂ ਨਾ ਟਲੇ ਤੁਹਾਨੂੰ ਮੇਰੀ ਸੌਂ ਲੱਗੇ ਮੇਰਾ ਮਰੀ ਰੱਬ ਇਹ ਜੇ ਬੋਲ ਕਰਿਆ ਕਰ ਕੋਈ ਨਾ ਕਰਿਆ ਕਰ ਕੋਈ ਨਹੀਂ ਓਵੇਂ ਕਰ ਲਾਂਗੇ ਪਰ ਅਗਲਾ ਗੱਲਾਂ ਦਾ ਕਿਹਾ ਕਰ ਤੂੰ ਪੁੱਤ ਮੈਂ ਮਸਾਂ ਤੁਹਾਨੂੰ ਮਰ ਮਰ ਕੇ ਮਸਾਂ ਇੰਚਾਂ ਨਾਲ ਮੈਨੇ ਮੈਨੇ ਡੇ ਡੇ ਕੀਤਾ ਤੁਸੀਂ ਟਲ ਜਾਓ ਟਲ ਜਾਓ ਮੇਰਾ ਮਾਂ ਤੂੰ ਬੈਠ ਜਾ ਮਾਂ ਦਾ ਪਤਾ ਕਿੰਨਾ ਬਲੱਡ ਵਧਿਆ ਹੋਇਆਗਾ ਤੁਸੀਂ ਮੇਰੀ ਗੱਲ ਸੁਣੋ ਆਹ ਮੈਂ ਪੈਸੇ ਦਿੰਦੀ ਹਾਂ ਅੰਦਰੋਂ ਗੱਡੀ ਚੱਕੋ ਤੇ ਪਿੰਡ ਵਗ ਜਾਓ ਜਾ ਬਾਜੋ ਜਾ ਪੁੱਤ ਮੇਰੀ ਗੱਲ ਸੁਣ ਪਿੰਡ ਕਾਹਦੇ ਵਾਸਤੇ ਜਾਣਾ ਤੈਨੂੰ ਪਤਾ ਉੱਥੇ ਲੋਕ ਕੀ ਕਹਿਣਗੇ ਕਿਉਂ ਰਿਸ਼ਤੇਦਾਰੀ 'ਚ ਜਲੂਸ ਕਢਾਇਆ ਐਂ ਕਰੋ ਤੇਰੇ ਫੁੱਫੜ ਲਵੇ ਵਗ ਜਾਓ ਹਾਂ ਦੋਨੇ ਭਾਈ ਹਾਂ ਵੀ ਲੈ ਜਾਓ ਆਪੇ ਸਾਂਭਲੂਗਾ ਉੱਥੇ ਸੁਣ ਚੱਲ ਚੰਗਾ ਜਿਵੇਂ ਤੁਸੀਂ ਕਹਿੰਦੇ ਹੋ ਪਰ ਅਸੀਂ ਉਵੇਂ ਕਰ ਲਾਂਗੇ ਹੋ ਜਾ ਖੜਾ ਹੋਏ ਮਨ ਲਗਾ ਲਾ ਜਾ ਕੋਈ ਮੇਰੀ ਗੱਲ ਸੁਣ ਤੁਸੀਂ ਕੱਪੜੇ ਪਾਓ ਮੈਂ ਤੁਹਾਡੇ ਬੈਗ 'ਚ ਕੱਪੜੇ ਪਾਉਣੇ ਨੇ ਚੰਗਾ ਉਹ ਵਧੀਆ ਰਹੋਗੇ ਭਾਈ ਜੀ ਬਣ ਜਾਓਗੇ ਆਪ ਦਾ ਨੁਕਸਾਨ ਹੀ ਹੋਊਗਾ ਇੱਥੇ ਆ ਫੜਕ ਜੂਗੀ ਕੀ ਫਾਇਦਾ ਤੂੰ ਬਾਅਦ ਕੀ ਕੱਢੋਗੇ ਕਲੇਸ਼ ਦਾ ਮੂੰਹ ਬਾਈ ਕਾਲੀ ਹੁੰਦਾ ਅੱਜ ਮੇਰੀ ਗੱਲ ਸੁਣੋ ਤੁਸੀਂ ਜਾਇਓ ਸਰਪੰਚ ਕੋਲੇ ਇਹਨਾਂ ਨੂੰ ਤੋਰ ਦਈਏ ਪਹਿਲਾਂ ਹਾਂ ਹਾਂ ਕੋਈ ਨਾ ਚੁੱਪ ਕਰਕੇ ਸਰਪੰਚ ਕੋਲੇ ਜਾਇਓ ਕੋਈ ਨਾ ਕੋਈ ਨਾ ਤੋਰ ਦੇ ਪੁੱਤ ਪਾ ਦੇ ਕੱਪੜਾ ਲੀੜਾ ਇਹਨਾਂ ਦਾ ਦੇਰੇ ਕੱਪੜਾ ਲੀੜਾ ਦੇਖ ਮਾਰ ਕੇ ਅੱਜ ਤੱਤੇ ਕਹੋ ਗੱਲ ਕੁਛ ਹੋਰ ਹੈਗੀ ਇੱਕ ਦੋ ਦਿਨਾਂ 'ਚ ਗੱਲ ਠੰਡੀ ਪੈ ਜੂਗੀ ਜੇ ਇਹ ਠਾਣੇ ਠੂਣੇ ਵਗ ਵੀ ਗਈ ਬਾਹਰੋਂ ਬਾਹਰ ਕੋਈ ਜਵਾਨਤ ਕਰਾ ਦਿਆਂਗੇ ਦੇਖ ਠਾਣਿਆਂ ਨੇ ਤਾਂ ਆਪਦੀ ਕਾਰਵਾਈ ਕਰਨੀ ਕਰਨੀ ਹੈ ਉਹ ਤਾਂ ਇਹਨਾਂ ਦੀ ਗੱਲ ਦਾ ਸੱਚ ਮੰਨਣਗੇ ਜਦੋਂ ਕੋਈ ਦੇਖਦਾ ਨਹੀਂ ਉੱਥੇ ਗਵਾਹ ਨਹੀਂ ਹੈਗਾ ਹੈ ਉਹ ਇਹਦਾ ਸਾਰਾ ਕੁਛ ਹੋ ਜੂ ਤੂੰ ਕਿਉਂ ਆਪਦਾ ਬਲੱਡ ਵਧਾਉਣੀ ਹੈ ਤੈਨੂੰ ਆਪਦੇ ਜਵਾਕਾਂ 'ਤੇ ਯਕੀਨ ਨਹੀਂ ਮੈਨੂੰ ਰੱਖ ਮੈਨੂੰ ਅਸੀਂ ਹੈਗੇ ਹਾਂ ਸਾਰੇ ਸਾਹਮਣੇ ਵਾਲੇ ਤੂੰ ਇਕੱਲੀ ਨਹੀਂ ਹੈਗੀ ਤੇਰੇ ਨਾਲ ਅਸੀਂ ਵੀ ਹਾਂ ਕੋਈ ਨਾ ਛਾਵਾ ਛੇ ਭੈਣੇ ਅਤੇ ਮੈਨੂੰ ਯਕੀਨ ਬਥੇਰਾ ਆਪਦੇ ਜਵਾਕਾਂ 'ਤੇ ਇਹ ਨਹੀਂ ਵੀ ਯਕੀਨ ਨਹੀਂ ਪਰ ਲੋਕਾਂ ਦਾ ਕਿਨੂੰ ਫੜ ਲਈਏ ਜਿਹੜੇ ਝੂਠੇ ਇਲਜ਼ਾਮ ਲਾਉਂਦੇ ਨੇ ਉਹਨਾਂ ਦਾ ਤਾਂ ਕੋਈ ਹੱਲ ਨਹੀਂ ਨਾ ਇਸੇ ਗੱਲ 'ਤੇ ਤਾਂ ਮੱਚੇ ਪਏ ਨੇ ਝੂਠ ਕਿੰਨਾ ਕੁ ਚਿਰ ਬੋਲਣਗੇ ਕਦੇ ਤਾਂ ਸੱਚ ਸਾਹਮਣੇ ਆਊਗੀ ਕਿੰਨਾ ਕੁ ਚਿਰ ਲੁਕੋ ਲੁਕੋ ਰੱਖਣਗੇ ਉਹ ਮੈਨੂੰ ਤਾਂ ਇਹ 'ਤੇ ਪਹਿਲੀ ਸ਼ੱਕ ਸੀ ਮੈਂ ਤਾਂ ਉਹਦੇ ਰਾਜ ਹੋਰਾਂ ਨੂੰ ਕਿਹਾ ਸੀ ਮਹਾਂ ਮੈਨੂੰ ਤਾਂ ਢੰਗ ਲੱਗਦਾ ਕੋਈ ਵੀ ਭਾਈ ਉਹ ਤਮਾਸੇ ਕਰਨ ਵਾਲੇ ਨਹੀਂ ਹੁੰਦੇ ਜਿਵੇਂ ਉਹ ਹੈ ਤਾਂ ਨਾ ਪੁੱਤਾ ਪਤਾ ਨਹੀਂ ਪਿਛਲੇ ਜਨਮ 'ਚ ਤੀ ਪਤਾ ਨਹੀਂ ਕਿਹਦਾ ਤਾਂ ਹੈਗਾ ਤੀ ਕਿਹਦਾ ਨਾ ਮੇਰੀ ਗੱਲ ਸੁਣੇ ਤਾਂ ਦੋਨੇ ਪਾਸੇ ਫਸ ਗਏ ਜਵਾਕ ਤਾਂ ਹੁਣ ਆਪਾਂ ਤਾਂ ਕਹਿੰਦੇ ਹਾਂ ਕਿ ਵੀ ਨਾ ਚੱਕਦੇ ਅੱਛਾ ਜੇ ਨਾ ਚੱਕਦੇ ਫਿਰ ਵੀ ਮਰ ਗਏ ਸੀ ਜੇ ਚੱਕ ਲਿਆ ਤਾਂ ਵੀ ਮਰ ਗਏ ਮੇਰੀ ਗੱਲ ਸੁਣ ਚੱਲ ਇਹਨਾਂ ਨੂੰ ਜਵਾਕਾਂ ਨੂੰ ਤੋਰ ਦੀ ਮੈਂ ਸਰਪੰਚ ਕੋਲੇ ਜਾ ਕੇ ਆਉਣਾ ਜਾ ਆ ਕੇ ਤੂੰ ਤਾਂ ਜਾ ਕੇ ਆ ਜਵਾਕਾਂ ਨੂੰ ਤਾਂ ਤੋਰ ਦਿਆਂਗੇ ਬਥੇਰਾ ਬੇ ਪੁੱਤਾ ਓ ਹੋ ਤੈਨੂੰ ਕੀ ਹੋ ਗਿਆ ਤੂੰ ਡਰੀ ਕਾਹਤੋਂ ਜਾਂਦਾ ਹੈ ਮੇਰਾ ਤਾਂ ਦਿਲ ਕੰਬਿਆ ਪਿਆ ਬੀਬੀ ਬੇ ਹੁਣ ਤਾਂ ਤੂੰ ਘਰੇ ਐ ਹੁਣ ਕਿਉਂ ਡਰਦਾ ਹੈ ਡਰ ਲੱਗਦਾ ਹੈ ਕੀ ਕਰਾਂ ਆ ਦੇਖ ਲੈ ਡਰ ਮੇਰੇ ਮੂਹਰੇ ਮੱਥੇ ਤੇ ਐਡਾ ਵੱਡਾ ਡਰ ਹੈ ਮੁੰਡੇ ਦੇ ਮਨ 'ਚ ਤਾਂ ਇਕਾ ਬੈਠ ਗਿਆ ਬੇ ਪੁੱਤ ਕੋਈ ਨਾ ਤੂੰ ਆਪਦੇ ਸਰੀਰ ਨੂੰ ਸ਼ਾਂਤੀ 'ਚ ਰੱਖ ਹੁਣ ਤੈਨੂੰ ਕੋਈ ਕੁਛ ਨਹੀਂ ਕਹਿ ਸਕਦਾ ਜਿੰਨਾ ਚਿਰ ਤੂੰ ਮੇਰੇ ਕੋਲ ਹੈ ਸਹੀ ਗੱਲ ਹੈ ਮਾਂ ਦੀ ਮੇਰੀ ਗੱਲ ਸੁਣੋ ਦਲੀਆ ਬਣ ਗਿਆ ਲਿਆ ਕੇ ਦਵਾਂ ਥੋੜ੍ਹਾ ਜਿਹਾ ਪਾ ਕੇ ਤੋਗ ਚਮਚੇ ਲਿਆ ਦੇ ਬਾਲਾ ਖਾਦਾ ਨਾ ਜਾਂਦਾ ਆ ਗਿਆ ਆ ਦੇਖ ਲੈ ਕੀ ਚੰਦ ਚੜਾ ਪਿਆ ਤੇਰੇ ਭਤੀਜਾਂ ਦਾ ਹੈ ਸਿਰ ਪਾੜ ਕੇ ਸਾਹ ਲਿਆ ਹੁਣ ਤੇ ਸਾਹ ਹੀ ਨਹੀਂ ਲਿਆ ਨਾ ਇਹ ਕੀ ਕਹਿੰਦੇ ਹੋ ਤੁਸੀਂ ਮੈਨੂੰ ਕਹਿਣਾ ਕੀ ਹੈ ਮੇਰੇ ਨਾਲ ਗੱਲ ਕਰ ਹੈ ਉਹ ਕੰਜਰਾਂ ਦਾ ਬਹਿ ਗਿਆ ਬੇੜਾ ਮਾਰੀ ਜਾੜਾ ਲੈਂਦਾ ਉਹਨਾਂ ਦਾ ਬੈਠਾ ਬੇੜਾ ਨਾ ਛੋਟੇ ਕਹਿਣ ਦਾ ਮਤਲਬ ਵੀ ਇਹ ਸਿਰ ਉਹਨਾਂ ਨੇ ਪਾੜਿਆ ਹਾਂ ਹਾਂ ਮੈਂ ਲਿਖ ਤੇ ਦਿੰਨੀ ਆ ਵੀ ਉਹਨਾਂ ਨੇ ਸਿਰ ਪਾੜਿਆ ਚੱਕ ਕਮਾਲ ਹੋ ਗਈ ਨਾ ਤੂੰ ਉਹਦੇ ਦਾ ਕਿਉਂ ਨਾ ਬੋਲਿਆ ਓਏ ਇਹ ਕੀ ਬੋਲੂਗਾ ਕਿਉਂ ਡਰਾਉਂ ਉਹਨਾਂ ਨੂੰ ਤੇ ਮੁੰਡੇ ਨੂੰ ਮੇਰੇ ਨਾਲ ਗੱਲ ਕਰ ਕਮਾਲ ਹੋ ਗਈ ਹੈ ਦੇਖਾ ਡਰਾਉਣ ਵਾਲੀ ਕੀ ਗੱਲ ਹੈ ਮੇਰੀ ਗੱਲ ਸੁਣ ਜਦੋਂ ਕੱਲ ਦਾ ਪਿਆ ਇਹ ਕੱਲ ਦਾ ਤਾਂ ਇਹ ਬੋਲਿਆ ਨਹੀਂ ਵੀ ਉਹਨਾਂ ਨੇ ਅੱਛਾ ਇਹ ਕੀ ਬੋਲ ਨਹੀਂ ਰਿਹਾ ਸੀ ਪਹਿਲਾਂ ਦੱਸ ਦਿੰਦਾ ਵੀ ਭਾਈ ਆਹ ਗੱਲ ਹੈ ਬੋਲੂਗਾ ਕੀ ਇੱਕ ਤਾਂ ਤੂੰ ਡਰਾਉਣਾ ਦੂਜਾ ਡਰਾਉਂਦੇ ਨੇ ਉਹ ਇਹਦਾ ਹੈ ਕੌਣ ਮਿਹਾਤੀ ਓਏ ਉਈ ਕਿਉਂ ਬਕਵਾਸ ਮਾਰੀ ਜਾਂਦੇ ਹੋ ਮਾੜਾ ਮੋਟਾ ਸੋਚ ਸਮਝ ਕੇ ਬੋਲੋ ਇੱਕ ਤਾਂ ਉਹ ਪਹਿਲਾਂ ਤਾਂ ਇਹਨੂੰ ਖੇਤੋਂ ਚੱਕ ਕੇ ਲਏ ਫਿਰ ਇਹਦਾ ਇਲਾਜ ਕਰਾ ਕੇ ਆਏ ਅੱਛਾ ਹੁਣ ਉਹਨਾਂ ਨੇ ਸਿਰ ਪਾੜਤਾ ਕਮਾਲ ਕਰ ਦਿਓ ਤੁਸੀਂ ਜੰਮੀ ਯਾਰ ਬਾਪੂ ਅੱਜ ਦਾ ਸਿਰ ਪਾਟਿਆ ਤੈਨੂੰ ਦਿਖਦਾ ਨਹੀਂ ਹੈਗਾ ਇਦੋਂ ਵੱਧ ਸਬੂਤ ਤੈਨੂੰ ਕੀ ਮਿਲੂਗਾ ਕਦੀ ਤਾਂ ਮਾਂ ਦੀ ਗੱਲ ਮੰਨ ਲਿਆ ਕਰ ਓ ਭਾਈ ਸਿਰ ਤਾਂ ਮੈਨੂੰ ਵੀ ਦਿੰਦਾ ਅੱਛਾ ਵੀ ਇਹਦਾ ਮਤਲਬ ਜਿਹੜੇ ਕੋਈ ਵੀ ਸੱਟ ਵੱਜੀ ਤਾਂ ਉਹ ਸਾਰਾ ਕੁਸੂਨਾ ਨਹੀਂ ਕਰਤਾ ਬਾਪੂ
ਪਹਿਲਾਂ ਤਾਂ ਮੰਨਿਆ ਵੀ ਕਰਮਾ ਝੂਠ ਬੋਲਦਾ, ਅੱਜ ਤਾਂ ਨਹੀਂ ਝੂਠ ਬੋਲਦਾ। ਆ ਦੇਖੀ ਕਿਹਦਾ ਜੀ ਕਰਦਾ ਵੀ ਸਿਰ ਪੜ ਕੇ ਘਰੇ ਵਗ ਜਾ। ਇਹ ਨਹੀਂ ਯਕੀਨ ਕਰਦਾ, ਇਹ ਨਹੀਂ ਯਕੀਨ ਕਰਦਾ ਫਿਰ ਮੈਂ ਥਾਣੇ ਜਾਊ, ਮੇਰੇ ਥਾਣੇ ਜਾ ਕੇ ਨਹੀਂ ਬੜੂ। ਮੇਰੀ ਗੱਲ ਸੁਣ ਲੈ, ਇੱਕ ਡੰਗ ਵੀ ਨਾ ਪੱਟ ਜੀ। ਪੱਟਾਂਗੇ ਮੇਰਾ ਹੋਰ ਤੂੰ ਮੈਂ ਤੇਰੀਆਂ ਮੇਰਾ ਨੇੜੇ ਲੱਗਦਾ, ਨੇੜੇ ਲੱਗਦਾ ਨਾਲੇ ਦੂਰੋਂ ਲੱਗਦਾ ਵੀ ਤੇਰੇ ਵਾਲੀ। ਬੀਬੀ ਕਮਾਲ ਕਰ ਦੋ, ਕਾਹਨੂੰ ਘਰੇ ਕਲੇਸ਼ ਪਾਇਆ, ਮੇਰਾ ਬੈਗ ਪੈਕ ਕਰ ਦੋ, ਮੈਂ ਨਹੀਂ ਹੁਣ ਤੇਰੇ ਦਾ ਹੈਗਾ। ਨਾ ਪੱਜਾ ਤੂੰ ਪਗੇ ਜਾ, ਆਏ ਕਿਵੇਂ ਬੱਜ ਛੱਲੇ ਪਖੰਡੋ ਕਰ ਖਾ, ਆਏ ਕਿਵੇਂ ਬੱਜ ਜੂਗਾ, ਆਏ ਕਵੇ ਨਾਲੇ ਹੋਰ ਆ ਕਮਾਲ ਕਰਦਾ ਤੂੰ ਤਾਂ, ਜਲੂਸ ਕੱਟ ਰਿਹਾ ਮੇਰੇ ਛਾਲੇ, ਜਲੂਸ ਨਹੀਂ ਕੱਟ ਰਿਹਾ, ਚੁੱਪ ਕਰਕੇ ਬੈਠ ਇੱਕ ਪਾਸੇ ਹੋ ਕੇ। ਮੈਂ ਤੋ ਤੇ ਦੋ ਮਾਰੂਗਾ ਕੰਨ ਤੇ, ਆਏ ਕਿਵੇਂ ਮਾਰੇਗਾ, ਹੁਣ ਤੱਕ ਦੇਖ ਲੈ ਤੇਰੇ ਬਥੇਰੀ ਮੈਂ ਸਰਦਾਰੀ, ਸਰਦਾਰੀ ਦੇਖ ਲਈ। ਅੱਛਾ ਵੀਰਾ ਸਿਰ ਉਹਨਾਂ ਨੇ ਪਾੜਤਾ, ਕਮਾਲ ਕਰਦੀਆਂ ਤੂੰ ਜਮੀ, ਇੱਕ ਤਾਂ ਪੱਲਿਓ ਪੈਸੇ ਲਾ ਕੇ ਤਾਂ ਲਾਜ ਕਰਾਵੇ ਅਗਲਾ। ਬਾਪੂ ਹਾਂ ਅਸੀਂ ਝੂਠ ਹੀ ਬੋਲਦੇ ਆਂਗੇ, ਰੋਜ਼ ਝੂਠ ਬੋਲਦੇ ਹੁੰਨੇ ਆ, ਕਦੇ ਅਸੀਂ ਤੇਰੇ ਘਰ ਕੁਝ ਲੱਗਦੇ ਆ ਕਿ ਲੱਗਦੇ ਨਹੀਂ ਹੈਗੇ? ਨਹੀਂ ਲੱਗਦੇ, ਨਹੀਂ ਲੱਗਦੇ। ਸਾਰਾ ਕੁਝ ਮੇਰੀ ਗੱਲ ਸੁਣੋ, ਸਾਰਾ ਕੁਝ ਸੁਣ ਰਿਹਾ ਮੈਂ ਤੁਹਾਡਾ, ਦੇਖ ਵੀ ਰਿਹਾ, ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਉਹਨਾਂ ਨੇ ਸਿਰ ਪਾੜਤਾ। ਅੱਛਾ ਕੱਲ ਦਾ ਤਹੇ ਬੋਲਿਆ ਨਾ ਬਾਈ, ਇਹ ਨਹੀਂ ਯਕੀਨ ਕਰਦਾ, ਕਿਉਂ ਮਗਜ ਮਾਰੇ, ਇਹ ਨਹੀਂ ਯਕੀਨ ਕਰਦਾ, ਇਹ ਤਾਂ ਉਹਨਾਂ ਦਾ ਬਣਿਆ ਹੋਇਆ, ਉਹਨਾਂ ਦਾ ਬਣ ਕੇ ਰਹੂਗਾ। ਬਾਪੂ ਕੱਲ ਦਾ ਇਹ ਡਰਿਆ ਬੈਠਾਗਾ, ਡਰ ਡਰ ਕੇ ਤਾਂ ਇਹ ਗੱਲਾਂ ਕਰਦਾ, ਇਹ ਤਾਂ ਦੱਸਦਾ ਨਹੀਂ ਸੀ, ਅਸੀਂ ਤਾਂ ਇਹਨੂੰ ਸੋਹਾਂ ਦੇ ਕੇ ਫੇਰ ਪੁੱਛਿਆ ਹੈਗਾ ਵੀ ਕੀ ਗੱਲ ਹੋ ਗਈ ਸੀਗੀ, ਸਾਨੂੰ ਤਾਂ ਦੱਸ ਦੇ। ਫੇਰ ਇਹਨੇ ਦੱਸਿਆਗਾ ਵੀ ਹਰਜੀਤ ਨੇ ਤੇ ਰਾਜ ਨੇ ਇੱਕ ਜਾਣੇ ਨੇ ਤਾਂ ਬਾਹਾਂ ਫੜ ਲਈਆਂ, ਦੂਜੇ ਜਾਣੇ ਨੇ ਇਹ ਸਿਰ ਪਟਾਕ ਪਟਾਕ ਮਾਰਿਆ। ਦੇਖੋ ਕਮਾਲ ਕਰ ਦੋ ਯਾਰ ਜਮੀ, ਮੈਨੂੰ ਤਾਂ ਪੂਰਾ ਯਕੀਨ ਨਹੀਂ ਹੈਗਾ ਇਸ ਗੱਲ ਦਾ, ਯਕੀਨ ਨਹੀਂ ਆਉਂਦਾ, ਮੈਂ ਜਾਊਂਗੀ ਠਾਣੇ, ਹਾਂ ਜਦੋਂ ਇਹਨਾਂ ਦੇ ਲੱਗੇ ਪਟੇ ਤੋਤੇ ਵਾਂਗੂ ਬੋਲਣਗੇ ਦੋਵੇਂ ਜਾਣੇ, ਤੋਤੇ ਵਾਂਗੂ ਜੇ ਨਾ ਦੱਸੋ। ਮੇਰੀ ਗੱਲ ਸੁਣ ਲੈ, ਮੈਂ ਤੈਨੂੰ ਫੇਰ ਕਹਿਣਾ, ਠਾਣੇ ਵਾਲੀ ਗੱਲ ਮੇਰੇ ਮੂਹਰੇ ਨਾ ਕਰ ਤੂੰ, ਹਾਂ ਉਈ ਮਰੀ ਜਾਂ ਪਕਾਈ ਬਾਤ ਬੰਦ, ਮੈਨੂੰ ਤਾਂ ਉਹਦੇ ਪਿੰਡ ਫੇਰ ਉਹ ਚੁੱਪ ਕਰਕੇ ਬੈਠਾ, ਆ ਤੇ ਕਿਉਂ ਰੋਣਾ, ਤੂੰ ਕਿਉਂ ਰੋਣਾ, ਬਸ ਬਸ ਹਾਂ ਪਹਿਲੋਂ ਬਈ ਪੁੱਪੜ ਨੇ ਮੇਰਾ ਯਕੀਨ ਨਹੀਂ ਕਰਨਾ, ਮੈਂ ਤੈਨੂੰ ਕਿਹਾ ਸੀ ਨਾ, ਦੇਖੋ ਭਾਈ ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਸੁਣਦਾ ਪਰ ਮੈਨੂੰ ਸੱਚੀ ਯਕੀਨ ਨਹੀਂ ਹੈਗਾ ਇਸ ਗੱਲ, ਯਕੀਨ ਆਉਂਦਾ ਰਾਮ ਰਾਮ ਕਰ ਮੰਨਦੇ ਪੁੱਪੜਾ, ਪਤਾ ਨੀ ਕਿਸੇ ਚ ਪਾਇਆ ਇਹਦੇ, ਬੀਬੀ ਚੁੱਪ ਕਰ, ਮੰਨਦੇ ਤੂੰ ਮੇਰਾ ਯਕੀਨ ਨਾ ਕਰ, ਇੱਥੋਂ ਸੂਈ ਲੈ ਲਾ, ਤੂੰ ਆਪਦੇ ਸੂਈ ਖਵੋ ਕੇ ਦੇਖ, ਆਪਦੇ ਸੂਈ ਖਵੋ ਕੇ ਦੇਖ, ਤੈਨੂੰ ਪਤਾ ਲੱਗੂ ਕਿੰਨਾ ਦਰਦ ਹੋਊ ਤੇਰੇ, ਮੇਰਾ ਮੱਥਾ ਭਾੜਿਆ, ਕਮਾਲ ਕਰੀ ਜਾਂਦਾ ਯਾਰ ਪੁੱਪੜਾ, ਜੇ ਇਹੀ ਤੇਰੇ ਨਾਲ ਹੋਇਆ ਹੁੰਦਾ ਫਿਰ ਤੈਨੂੰ ਯਕੀਨ ਆ ਜਾਂਦਾ ਨਾ। ਉਹ ਯਾਰ ਹਾਏ ਦੇਖ, ਮੈਂ ਠੀਕ ਆ ਚੱਲ ਆਪਦੇ ਸੱਟ ਭਾਈ ਕੋਈ ਨਹੀਂ ਮਾਰ ਸਕਦਾ, ਕੁਛ ਨਹੀਂ ਕਰ ਸਕਦਾ ਬੰਦਾ ਆਪਦੇ ਸੱਟ ਤਾਂ ਖਾ ਨਹੀਂ ਸਕਦਾ, ਮੈਂ ਸਾਰੀ ਗੱਲ ਸਮਝਦਾ, ਪਰ ਇਹਦਾ ਮਤਲਬ ਇਹ ਵੀ ਨਹੀਂ ਨਾ ਹੈਗਾ ਵੀ ਉਹਨਾਂ ਨੇ ਸੱਟ ਮਾਰੀ, ਮੈਂ ਤੁਹਾਨੂੰ ਵਾਰੀ ਵਾਰੀ ਇਹੀ ਗੱਲ ਕਹੀ ਨਾ, ਤੁਹਾਡੇ ਬੁੱਥ 'ਚ ਕਿਉਂ ਨਹੀਂ ਵੜ ਰਹੀ, ਫਿਰ ਆਪਦੇ ਆਪ ਕਿਵੇਂ ਵੱਜੀ, ਤੇਰੇ ਬੁੱਥ 'ਚ ਕਿਉਂ ਨਹੀਂ ਵੜਦੀ, ਜੋ ਤੁਹਾਨੂੰ ਕਹੀ ਨਾ ਵੀ ਅਮਲੀ ਆ ਪਈ ਇਹ ਸੱਟ ਵੱਜੀ, ਕੀ ਗੱਲ ਹੋ ਕੇ ਤੂੰ ਇਹਦਾ ਕੀ ਅਮਲ ਪਣਾ ਦੇਖ ਲਿਆ, ਹੱਦ ਹੋ ਗਈ ਤੇਰੀ, ਆ ਦੇਖ ਲੈ ਮੈਂ ਮੇਰਾ ਸਾਦਾ ਕਰੀ ਲੈਂਦਾ ਉਰੇ, ਹਾਂ ਕਹਿੰਦੇ ਨਾਲ ਘਰੇ ਨਾ ਬਾਈ ਜੀ, ਮਾਂ ਬਾਈ ਜੀ ਕੋਈ ਗੱਲ, ਬੈਠੀ ਹੋਈਆਂ ਸਿਰੇ ਸਿਰ ਚੜਦਾ ਜਾਂਦਾ ਇਹ, ਜਦੋਂ ਬੋਲੂ ਅਮਲੀ ਕੋਈ ਨਾ ਬਾਪੂ ਨੂੰ ਕੌਣ ਸਮਝ, ਕਿੰਨੇ ਕੁ ਵਾਰੀ ਸੁਣਾ ਮੈਂ, ਮੱਥਾ ਤਾਂ ਮਾਰੀ ਜਾਂਦੇ ਬਾਪੂ ਨਾਲ, ਬਾਪੂ ਦੇ ਪਤਾ ਨਹੀਂ ਕਿਉਂ ਨਹੀਂ ਗੱਲ ਸਮਝ 'ਚ ਆਉਂਦੀ ਹੈਗੀ ਵੀ ਅਸੀਂ ਸੱਚ ਬੋਲਦੇ ਹਾਂ, ਸੱਚ ਪਿੱਟਦੇ ਹਾਂ ਸੀ, ਕਦੀ ਤਾਂ ਸਾਡੀ ਯਕੀਨ ਕਰ ਲੈ ਬਾਪੂ। ਨਾ ਫਿਰ ਭਾਈ ਮੇਰੀ ਗੱਲ ਸੁਣੋ, ਮੇਰੀ ਗੱਲ ਤੂੰ ਵੀ ਸੁਣ ਲੈ ਧਿਆਨ ਨਾਲ, ਇੱਧਰ ਗੱਲ ਕਰ, ਹਾਂ ਸੁਣਾ ਦੇ, ਥਾਣੇ ਵਾਲੀ ਗੱਲ ਮੇਰੇ ਲਵੇ ਨਾ ਕਰ, ਮੈਂ ਤਾਂ ਜਾਊਂਗੀ, ਮੇਰੀ ਗੱਲ ਸੁਣ ਲਾ ਪਹਿਲਾਂ ਧਿਆਨ ਨਾਲ, ਮੈਨੂੰ ਗੱਲ ਕਰ ਲੈਣ ਦਿਓ ਭਾਈ ਅਗਲੇ ਨਾਲ ਜਾ ਕੇ, ਠੀਕ ਹੈ ਚੱਲ ਤੁਹਾਡੇ ਨਾਲ ਸਹਿਮਤ ਹੋ ਗਿਆ ਮੈਂ ਵੀ ਮਾਰੀ ਹੋਣੀ ਸੱਟ, ਪਹਿਲਾਂ ਮੈਨੂੰ ਇੱਕ ਵਾਰੀ ਗੱਲ ਕਰ ਲੈਣ ਦਿਓ ਯਾਰ, 20 ਵਾਰੀ ਗੱਲਾਂ ਕਰੀਆਂ ਤਾਂ 20 ਵਾਰੀ ਕੋਈ ਸੱਚ ਨਹੀਂ ਹੋਈ ਨਾ ਉਹ, ਚੱਲ ਕੋਈ ਨਾ ਮਾਂ ਜੇ ਬਾਪੂ ਕਹਿੰਦਾ ਜਾ ਕੇ ਪੁੱਛ ਤਾਂ ਲੈਣ ਦੇ, ਫਿਰ ਝੂਠੀਆਂ ਗੱਲਾਂ ਸੱਚ ਹੁੰਦੇ ਹੁੰਦੇ ਮਾਰੇ ਹੁੰਦੇ ਪੁੱਛੇ, ਮਾਰੇ ਹੁੰਦੇ ਜਾਂ ਪੁੱਛੇ ਮਾਰਿਆ ਵਗ ਜਾ, ਜਾਂ ਕੋਈ ਨਾ ਬਾਪੂ ਤੂੰ ਮੈਥੋਂ ਤੂੰ ਰੱਖ ਰਹੇ ਨਾ ਖਾਲੀ, ਬੋਲਦੀ ਦੇਖ ਲੈ ਤੂੰ ਕਿਵੇਂ ਆ,
ਮਾੜਾ ਮੋਟਾ ਤੂੰ ਐਂ ਤਾਂ ਦੇਖ ਲੈ ਵੀ ਕਿਵੇਂ ਬੋਲੇ ਕਰਦੇ ਨੇ ਬੰਦੇ ਨੂੰ। ਤੁਸੀਂ ਕਿਸੇ ਨਾਲ ਕੀ ਗੱਲ ਕਰੋਗੇ, ਘਰੀ ਕਲੇਸ਼ ਪਾ ਕੇ ਬਹਿ ਜਾਂਦੇ, ਵਗ ਜਾਂਦੇ ਹੁਣ ਮਾਂ ਕਰ ਰਿਆ ਹੁੰਦੇ ਗੱਲ ਨਹੀਂ ਵਗ ਜੇ ਮੈਂ ਰੋਟਾ ਕਦੋਂ ਮੈਂ ਵਗ ਜਾ ਨਾ ਤੈਨੂੰ ਮੇਰੀ ਕਿਸੇ ਗੱਲ ਤੇ ਭਾਈ ਯਕੀਨ ਨਹੀਂ ਹੈ, ਉਈ ਮਰੀਆਂ ਦੀ ਪਕਾਈ ਲੈ ਦੇਖ ਲੈ। ਪੁੱਤ ਮੇਰੀ ਗੱਲ ਸੁਣ, ਚੁੱਪ ਕਰ ਲਾ ਓਏ, ਉਈ ਮਰੀਆਂ ਨਾ ਪਕਾਈ ਪਖੰਡ ਜਿਹੜਾ ਕਰ ਓਰੇ, ਪਖੰਡ ਕਰਦਾ ਗੱਲਬਾਤ ਬਾਪੂ ਨਹੀਂ ਕਰਦਾ ਪਖੰਡ। ਮੇਰੀ ਗੱਲ ਸੁਣ ਪੁੱਤ, ਮੈਂ ਜਾ ਆਉਣਾ ਗੱਲਬਾਤ ਕਰ ਆਉਣਾ, ਪਹਿਲਾਂ ਮੈਨੂੰ ਇਹ ਗੱਲ ਪੂਰੀ ਕਲੀਅਰਤਾ ਹੋ ਜਾਣ ਦੋ ਵੀ ਇਹਦਾ ਸੱਟ ਉਹਨਾਂ ਨੇ ਮਾਰੀ ਹੈ। ਚੱਲ ਠੀਕ ਹੈ, ਤੁਹਾਨੂੰ ਭਰੋਸਾ ਹੈ ਕੋਈ ਸਬੂਤ ਹੈ ਛੋਟੇ ਲਵੇ ਸਬੂਤ ਬਾਪੂ ਇਦੋਂ ਵੱਧ ਸਬੂਤ ਹੋਰ ਕੀ। ਅੱਛਾ ਵੀ ਮੇਰੀ ਗੱਲ ਸੁਣੋ, ਸੱਟ ਵੱਜੀ ਤਾਂ ਅਗਲੇ ਨੇ ਮਾਰੀ ਬਾਪੂ, ਪਹਿਲਾਂ ਮੈਨੂੰ ਗੱਲ ਕਰ ਲੈਣ ਦੋ ਵਿੱਚ ਨਾ ਬੋਲੋ। ਮਰੀ ਜਾਂਦੇ ਹੋ ਪਕਾਈ, ਸਾਰਾ ਟੱਬਰ ਜਿਹਾ ਖਾਣ ਨੂੰ ਪੈਂਦਾ, ਸਿਆਣੇ ਬੰਦੇ ਦੀ ਕੋਈ ਜਮੀ ਨੀ ਹੈਗੀ ਗੱਲ। ਮੈਂ ਕਹੀ ਜਾਂਦਾ ਅਸੀਂ ਤਾਂ ਕੋਈ ਖਾਣ ਨੂੰ ਨੀ ਪੈਂਦੇ, ਅਸੀਂ ਤਾਂ ਅੱਜ ਤੱਕ ਤੇਰੀਆਂ ਹੀ ਸੁਣੀਆਂ ਨੇ, ਪਰ ਤੂੰ ਵੀ ਸਾਡੀ ਕਦੀ ਸੁਣ ਲੈ। ਇਹ ਨਹੀਂ ਸੁਣਦਾ, ਸੁਣ ਲਈ ਭਾਈ, ਉਮਰ ਨਹੀਂ ਸੁਣਦਾ ਭਾਈ ਮੇਰੀ, ਨਹੀਂ ਸੁਣਦਾ ਮੈਂ ਕਦੀ, ਸੁਣ ਲਈ ਭਾਈ ਮੈਂ ਤੁਹਾਡੀ ਸਾਰਿਆਂ ਦੀ ਸੁਣ ਲਈ, ਹਾਂ ਇਹਦੀ ਵੀ ਸੁਣੀ ਜਾਂਦਾ ਮੈਂ, ਪਹਿਲਾਂ ਮੈਨੂੰ ਗੱਲ ਕਰ, ਮੈਂ ਜਾ ਰਿਹਾ, ਮੈਂ ਗੱਲ ਕਰਕੇ ਆਉਣਾ ਉਹਨਾਂ ਨਾਲ। ਹਾਂ ਜਾ ਕਰ। ਹਾਂ ਹੱਦ ਹੋ ਗਈ ਜਮੀ ਇਹਦੇ ਵਾਲੀ ਹੈ, ਫਿਰ ਵੀ ਉਹਨਾਂ ਦੇ ਕੁੱਕੜ ਜਿਤੇ ਆਉਂਦਾ ਫਿਰਦਾ, ਸਾਹਮਣੇ ਸਬੂਤ ਜਿਹਦਾ, ਹਲੇ ਇਹਨੂੰ ਸਬੂਤ ਨਹੀਂ ਜਿਹਦਾ ਕੋਈ, ਮਰੀ ਜਾੜਾ ਉਹਨਾਂ ਮਗਰ ਲੱਗਾ ਫਿਰਦਾ ਮਲੰਗ। ਬੀਬੀ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਫੁੱਫੜ ਮੇਰੀ ਗੱਲ ਦਾ ਯਕੀਨ ਨਹੀਂ ਕਰਨਾ ਨੇ, ਕਿਉਂਕਿ ਪਹਿਲਾਂ ਕਿਹੜਾ ਨੇ ਮੇਰੀ ਗੱਲ ਦਾ ਯਕੀਨ ਕਰੇ। ਬੇ ਨਾ ਕਰੇ ਯਕੀਨ, ਜਿਹੜਾ ਮੇਰਾ ਮਨ ਆਊ ਫਿਰ ਮੈਂ ਉਹ ਗੱਲ ਕਰੂੰਗੀ। ਓਏ ਬੀਬੀ ਮੇਰਾ ਤਾਂ ਹੁਣ ਮਨ ਹੀ ਅੱਕਾ ਪਿਆ, ਮੈਂ ਕਹਿੰਦਾ ਆਪਾਂ ਤਿੰਨ ਹੀ ਪਿੰਡ ਚੱਲ ਦਿਆਂਗੇ, ਇੱਥੇ ਆਮਲੀ ਕਹਾਉਣਾ ਕਿਹੜਾ ਰੋਜ਼ ਰੋਜ਼ ਸੌਖਾ, ਨਾਲੇ ਇਹ ਕਿਹੜਾ ਮੈਨੂੰ ਆਮਲ ਲਿਆ ਕੇ ਦਿੰਦੇ ਨੇ ਫਿਰ। ਉਹ ਤਾਂ ਜਾਣ ਕੇ ਕੱਢੋ ਨੂੰ ਫਿਰਦਾ, ਵਗ ਜਾ ਤੂੰ। ਹਾਂ ਮੈਂ ਤਾਂ ਕਹਿੰਦੀ ਹੁੰਦੀ ਹਿੱਕ ਤੇਰਾ ਹਿੱਕ ਤੇ, ਇਹੀ ਤਾਂ ਇਹਨੂੰ ਸਮਝਾਉਂਦੇ ਰਹਿੰਦੇ ਆ, ਮੱਥਾ ਮਾਰਦੇ ਰਹਿੰਦੇ ਆ, ਪਤਾ ਨਹੀਂ ਕਿਉਂ ਨਹੀਂ ਇਹਦੇ ਦਿਮਾਗ 'ਚ ਵੜਦੀ ਹੈਗੀ। ਹਾਂਜੀ ਸਤਿ ਸ਼੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ, ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।